ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ, ਫਿਰ ਪ੍ਰੋਗਰਾਮ ਲੈ ਕੇ, ਜਿਹਦੇ ਵਿੱਚ ਹਰ ਰੋਜ਼ ਇੱਕ ਨਵਾਂ ਟੋਪਿਕ ਲੈ ਕੇ ਆਉਣ ਦੀ ਕੋਸ਼ਿਸ਼ ਰਹਿੰਦੀ ਹੈ, ਤਾਂ ਕਿ ਸਟੂਡੈਂਟ ਵੀਜ਼ਾ ਸੰਬੰਧੀ ਜਿੰਨੀ ਵੀ ਤੁਸੀਂ ਕੁਐਰੀਜ਼ ਕਰਦੇ ਹੋ, ਸਾਡੇ ਤੱਕ ਆਪਣੇ ਸਵਾਲ ਪਹੁੰਚਾਉਂਦੇ ਹੋ, ਉਹਨਾਂ ਨੂੰ ਅਸੀਂ ਹੱਲ ਕਰ ਸਕੀਏ। ਰੋਜ਼ ਇਸੇ ਕੋਸ਼ਿਸ਼ ਦੇ ਤਹਿਤ ਇੱਕ ਐਕਸਪਰਟ ਨੂੰ ਸੱਦਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤਾਂ ਕਿ ਉਹ ਐਕਸਪਰਟ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕਰਨ, ਤੁਹਾਡੇ ਸਵਾਲਾਂ ਦੇ ਜਵਾਬ ਦੇਣ, ਤਾਂ ਕਿ ਘਰ ਬੈਠੇ ਤੁਹਾਡੇ ਤੱਕ ਹਰ ਤਰ੍ਹਾਂ ਦੀ ਕੁਐਰੀ ਦਾ ਜਵਾਬ ਜਿਹੜਾ ਪਹੁੰਚ ਸਕੇ। ਫਿਰ ਵੀ ਇੱਕ ਆਪਸ਼ਨ ਛੱਡੀ ਜਾਂਦੀ ਹੈ ਜੀ, ਉਹ ਮੈਂ ਦੱਸ ਦਵਾਂ, ਟੀਵੀ ਸਕਰੀਨ 'ਤੇ ਨੰਬਰ ਚੱਲ ਰਹੇ ਨੇ, ਜਿਹੜੇ ਵੀ ਐਕਸਪਰਟ ਸਾਡੇ ਨਾਲ ਹੁੰਦੇ ਉਹਨਾਂ ਦੀ ਟੀਮ ਦੇ ਨੰਬਰ ਚਲਾਏ ਜਾ ਰਹੇ ਨੇ ਟੀਵੀ ਸਕਰੀਨ 'ਤੇ। ਕੋਈ ਵੀ ਮਨ ਦੇ ਵਿੱਚ ਡਾਊਟ, ਕੋਈ ਕਨਫਿਊਜ਼ਨ ਰਹਿ ਜਾਂਦਾ, ਤਾਂ ਡਾਇਰੈਕਟ ਵੀ ਉਹਨਾਂ ਤੱਕ ਰਾਬਤਾ ਕਾਇਮ ਕੀਤਾ ਜਾ ਸਕਦਾ, ਜੋ ਕਿ ਫ੍ਰੀ ਆਫ ਕੋਸਟ ਕਾਉਂਸਲਿੰਗ ਤੁਹਾਨੂੰ ਦਿੱਤੀ ਜਾਏਗੀ, ਕੋਈ ਵੀ ਉਹਦੇ ਚਾਰਜਿਸ ਨਹੀਂ ਨੇ। ਅੱਜ ਜਿਹੜੇ ਐਕਸਪਰਟ ਮੇਰੇ ਨਾਲ ਮੌਜੂਦ ਨੇ, ਪਹਿਲੇ ਉਹਨਾਂ ਨਾਲ ਤੁਹਾਨੂੰ ਮਿਲਾ ਦਈਏ। ਉਹਨੇ ਜੀ ICCRC ਮੈਂਬਰ ਡਾਕਟਰ ਰਵੀਕਰ, ਜੋ ਕਿ ਖਾਸ ਕਰ ਕੈਨੇਡਾ ਦੇ ਗੱਲ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਮੌਜੂਦ ਨੇ। ਪਹਿਲੇ ਸਵਾਗਤ ਕਰਦੀ ਉਹਨਾਂ ਦਾ, ਡਾਕਟਰ ਸਾਹਿਬ ਬਹੁਤ ਬਹੁਤ ਥੈਂਕ ਯੂ ਵੈਰੀ ਮੱਚ, ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਸੋ ਇੱਕ ਚੀਜ਼ ਜੋ ਪਿਛਲੇ ਸ਼ੋਅ ਦੇ ਵਿੱਚ ਅਸੀਂ ਸਾਂਝੀ ਕੀਤੀ ਸੀ, ਡਾਕਟਰ ਸਾਹਿਬ ਦਾ ਜਿਹੜਾ ਆਫਿਸ ਕੈਨੇਡਾ ਦੇ ਵਿੱਚ ਵੀ ਹੈ, ਸਿਰਫ ਇੱਥੋਂ ਹੀ ਸਰਵਿਸਿਜ਼ ਨਹੀਂ ਦਿੱਤੀਆਂ ਜਾਂਦੀਆਂ, ਉੱਥੇ ਵੀ ਪਿਛਲੇ 8-9 ਸਾਲ ਤੋਂ ਬੱਚਿਆਂ ਨਾਲ ਜੁੜ ਕੇ ਪ੍ਰੋਪਰਲੀ ਉਹਨਾਂ ਦੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਨੂੰ ਸੋਲਵ ਕੀਤਾ ਜਾ ਰਿਹਾ, ਉਹਨਾਂ ਦੀ ਜਿਹੜੀ ਹਰ ਤਰ੍ਹਾਂ ਦੀ ਕੇਅਰ ਕੀਤੀ ਜਾ ਰਹੀ ਹੈ। ਸਿਰਫ ਇੱਥੋਂ ਵੀਜ਼ਾ ਲਵਾ ਕੇ ਭੇਜਣਾ ਹੀ ਮੁੱਦਾ ਨਹੀਂ ਹੈ ਪਾਇਨੀਅਰ ਦਾ। ਇਹ ਖਾਸ ਕਰ ਜਦੋਂ ICCRC ਮੈਂਬਰ ਬਣਦਾ ਬੰਦਾ, ਕਾਫੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਰਿਸਪੋਂਸੀਬਿਲਟੀਜ਼ ਵੱਧਦੀਆਂ ਨੇ ਜਿਹਨਾਂ ਨੂੰ ਉਹ ਫੋਲੋ ਕਰਦੇ ਨੇ। ਹੁਣ ਅੱਜ ਸਾਰੀ ਗੱਲਬਾਤ ਅਸੀਂ ਕੈਨੇਡਾ ਨੂੰ ਲੈ ਕੇ ਕਰਨੀ ਹੈ, ਸਟੂਡੈਂਟ ਵੀਜ਼ਾ ਨੂੰ ਲੈ ਕੇ ਕਰਨੀ ਹੈ। ਕੋਈ ਮਨ ਦੇ ਵਿੱਚ ਡਾਊਟ, ਕੋਈ ਕਨਫਿਊਜ਼ਨ ਕੈਨੇਡਾ ਬਾਰੇ ਹੈ, ਤਾਂ ਡਾਇਰੈਕਟ ਵੀ ਇਹਨਾਂ ਦੀ ਟੀਮ ਤੱਕ, ਇਹਨਾਂ ਦੇ ਆਫਿਸਿਸ ਤੱਕ ਰਾਬਤਾ ਕਾਇਮ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਪਹਿਲੇ ਜਦੋਂ ਅਸੀਂ ਗੱਲ ਕਰਦੇ ਹਾਂ, ਕੈਨੇਡਾ ਡ੍ਰੀਮ ਡੈਸਟੀਨੇਸ਼ਨ ਹੈ ਸਾਡੇ ਪੰਜਾਬੀਆਂ ਦੀ। ਬਿਲਕੁਲ, ਜਦੋਂ ਕੋਈ ਵੀ ਪਹਿਲੇ ਸੁਪਨਾ ਦੇਖਦਾ ਬਾਹਰ ਜਾਣ ਬਾਰੇ, ਤਾਂ ਕੈਨੇਡਾ ਮਨ ਦੇ ਵਿੱਚ ਆਉਂਦਾ। ਬਿਲਕੁਲ, ਖਾਸ ਰੀਜ਼ਨ ਕੀ ਹੈ? ਤੁਸੀਂ ਉੱਥੋਂ ਵੀ ਬੜੇ ਪ੍ਰੋਪਰਲੀ ਦੇਰ ਤੋਂ ਇਹਨਾਂ ਨੂੰ ਦੇਖਦੇ ਆ ਰਹੇ, ਸਟੂਡੈਂਟ ਲਾਈਫ ਦੇ ਵਿੱਚ ਕੀ ਫਰਕ ਹੈ ਕਿ ਹਰ ਕੋਈ ਉੱਥੇ ਜਾਣਾ ਚਾਹੁੰਦਾ ਕੈਨੇਡਾ ਪਹਿਲੇ? ਦੇਖੋ ਜੀ, ਇੱਕ ਗੱਲ ਛੋਟੀ ਜੀ, ਮੈਂ ਜਿਹੜੀ ਮੈਂ ਖੁਦ ਪਰਮਾਨੈਂਟ ਰੈਜੀਡੈਂਟ ਹੋਇਆ 2006 ਦੇ ਵਿੱਚ, 2000 ਦੇ ਵਿੱਚ ਮੈਂ ਐਜ ਸਕਿੱਲ ਵਰਕਰ ਅਪਲਾਈ ਕੀਤਾ ਸੀਗਾ 2006 ਵਿੱਚ ਹੋਇਆ, ਅਤੇ ਉਹ 2000 ਦੇ ਵਿੱਚ ਇਟ ਇਜ਼ ਅ ਵੈਰੀ ਬਿਗ ਡਿਸੀਜ਼ਨ। ਔਰ 2000 ਦੇ ਵਿੱਚ ਜਦੋਂ ਮੈਂ ਐਜ ਪਰ PR ਉਹਨਾਂ ਨੂੰ ਅਪਲਾਈ ਕੀਤਾ, ਅਤੇ ਬੜਾ ਸੋਚਣਾ ਸਮਝਣਾ ਪਿਆ ਕਿ ਵੈਦਰ ਇਟ ਇਜ਼ ਅ ਗੁੱਡ ਡਿਸੀਜ਼ਨ। ਅਤੇ ਇੱਕ ਗੱਲ ਮੈਨੂੰ ਦੱਸੀ ਗਈ ਕਿ ਉੱਥੇ ਰਾਮ ਰਾਜ ਹੈਗਾ, ਜਿਹੜਾ ਆਪਾਂ ਆਮ ਤੌਰ 'ਤੇ ਬੜਾ ਸੁਣਦੇ ਹੁੰਦੇ ਸੀਗੇ, ਜਿਹੜਾ ਕਿ ਹੁਣ ਇੱਥੇ ਥੋੜ੍ਹਾ ਇੰਡੀਆ ਦੇ ਵਿੱਚ ਜਿਸ ਦੀ ਥੋੜ੍ਹੀ ਜਿਹੀ ਘਾਟ ਹੈ, ਵਾਹਿਗੁਰੂ ਮਿਹਰ ਕਰੇ ਛੇਤੀ ਇੱਥੇ ਵੀ ਉਸ ਤਰ੍ਹਾਂ ਦਾ ਮਾਹੌਲ ਆਵੇ। ਲੇਕਿਨ ਵਾਕਈ ਇੱਕ ਇੱਕ ਅਨਬਿਲੀਵੇਬਲ, ਵਿਸ਼ਵਾਸ ਦੇ ਕਾਬਿਲ ਚੀਜ਼ ਨਹੀਂ ਹੈ ਕਿ ਉੱਥੇ ਅੱਜ ਦੇ ਦਿਨ ਵੀ ਰਾਮ ਰਾਜ ਹੈ। ਸੋਸ਼ਲ ਸਿਕਿਉਰਿਟੀ ਬਹੁਤ, ਬਿਲਕੁਲ ਸੋਸ਼ਲ ਸਿਕਿਉਰਿਟੀ। ਇੰਨੇ ਸਾਲ ਹੋ ਗਏ ਮੈਨੂੰ ਇੱਕ ਮਿੰਟ ਵਾਸਤੇ ਵੀ ਕਦੇ ਬਿਜਲੀ ਨਹੀਂ ਗਈ, ਔਰ ਲੋਕਾਂ ਦੇ ਕੋਲ ਜਨਰੇਟਰ ਨਹੀਂ ਹੈਗੇ, ਪਾਣੀ ਇੱਕ ਮਿੰਟ ਵਾਸਤੇ ਵੀ ਨਹੀਂ ਗਿਆ, ਔਰ ਘਰਾਂ ਦੇ ਉੱਪਰ ਟੈਂਕੀਆਂ ਨਹੀਂ ਹੈਗੀਆਂ, ਪਾਪੂਲੇਸ਼ਨ ਬਹੁਤ ਲਿਮਿਟਿਡ ਹੈਗੀ ਹੈ, ਇੰਡੀਆ ਤੋਂ 4 ਗੁਣਾ ਦੇ ਕਰੀਬ ਇਹਨਾਂ ਦਾ ਏਰੀਆ ਹੈਗਾ, ਲੇਕਿਨ ਪਾਪੂਲੇਸ਼ਨ 130th ਦੇ ਕਰੀਬ ਹੈਗੀ ਹੈ, ਔਰ ਪੋਲਿਊਸ਼ਨ ਨਹੀਂ ਹੈਗੀ, ਕਰਪਸ਼ਨ ਬਿਲਕੁਲ ਨਹੀਂ ਹੈਗੀ, ਔਰ ਅਡਲਟਰੇਸ਼ਨ ਜਿਹੜੀ ਮਿਲਾਵਟ ਜਿਹੜੀ ਹੈ, ਇੱਥੇ ਬੜੀ ਸਸਤੀਆਂ ਚੀਜ਼ਾਂ ਦੇ ਵਿੱਚ ਵੀ ਜਿਹੜੀ ਮਿਲਾਵਟ ਪਈ ਜਾਂਦੀ ਹੈ, ਉੱਥੇ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਦੇ ਵਿੱਚ ਵੀ ਕਦੇ ਮਿਲਾਵਟ ਨਾਂ ਦਾ ਨਾਂ ਨਹੀਂ ਸੁਣਿਆ। ਸਿਸਟਮ ਜਿਹੜਾ ਬਹੁਤ ਵਧੀਆ ਚੱਲ ਰਿਹਾ। ਇਹ ਚੀਜ਼ਾਂ ਨੇ ਜਿਹੜੀਆਂ ਇੱਕ ਖਿੱਚ ਪੈਦਾ ਕਰਦੀਆਂ ਨੇ ਇੱਕ ਕੈਨੇਡਾ ਬਾਰੇ, ਇੱਕ ਇਹ ਵੀ ਰੀਜ਼ਨ ਆ, ਦੂਜਾ ਕਿਸੇ ਨਾ ਕਿਸੇ ਦਾ ਕੋਈ ਦੋਸਤ, ਰਿਸ਼ਤੇਦਾਰ, ਮਿੱਤਰ, ਪੀੜ੍ਹੀ ਦਰ ਪੀੜ੍ਹੀ 2-3 ਪੀੜ੍ਹੀਆਂ ਹੋ ਗਈਆਂ ਕੈਨੇਡਾ ਬੈਠੇ ਨੇ, ਪੰਜਾਬੀ ਬਹੁਤ ਕਾਮਯਾਬ ਵੀ ਨੇ। ਬਿਲਕੁਲ, ਪਰ ਜਦੋਂ ਆਪਾਂ ਖਾਸ ਕਰ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਦੀ, ਉਹਨਾਂ ਲਈ ਜ਼ਰੂਰੀ ਹੈ ਕੁਆਲਿਟੀ ਆਫ ਐਜੂਕੇਸ਼ਨ। ਬਿਲਕੁਲ, ਇੱਕ ਇੰਸਟੀਟਿਊਟਸ ਕਿੱਦਾਂ ਦੇ ਨੇ, ਯੂਨੀਵਰਸਿਟੀਜ਼ ਕਿੱਦਾਂ ਦੇ ਨੇ, ਸਬਜੈਕਟਸ ਕਿੱਦਾਂ ਦੇ ਨੇ, ਜੇ ਕੁਆਲਿਟੀ ਆਫ ਐਜੂਕੇਸ਼ਨ ਉਹਨੂੰ ਕਿੱਦਾਂ ਦੀ ਮਿਲਦੀ ਹੈ, ਜਿਹੜੇ ਇੰਨੇ ਲੱਖਾਂ ਰੁਪਈਆ ਖਰਚ ਕੇ ਬੱਚਾ ਕੈਨੇਡਾ ਜਾ ਰਿਹਾ, ਉਹਦੇ ਬਾਰੇ ਕੀ ਕਹਿਣਾ, ਜੇ ਉੱਥੋਂ ਸ਼ੁਰੂਆਤ ਕਰੀਏ, ਕੁਆਲਿਟੀ ਆਫ ਐਜੂਕੇਸ਼ਨ ਕਿਵੇਂ ਆ? ਦੇਖੋ, ਸਭ ਤੋਂ ਪਹਿਲਾਂ ਮੈਂ ਇਹ ਸਮਝਦਾ ਕਿ ਜਦੋਂ ਕਰਪਸ਼ਨ ਦੀ ਗੱਲ ਕਰੀਏ, ਕਰਪਸ਼ਨ ਜਦੋਂ ਨਹੀਂ ਹੈ ਤੇ ਕੰਮ ਸਾਰਾ ਹੀ ਸਾਫ਼ ਸੁਥਰਾ ਹੋ ਜਾਣਾ ਜੀ। ਸੋ ਉਸ ਦੇ ਵਿੱਚ ਕਾਲਜਿਜ਼ ਦੇ ਵਿੱਚ ਬੜਾ ਸਿਸਟਮੈਟਿਕ ਕੰਮ ਹੈਗਾ, ਬੜਾ ਉਹਨਾਂ ਨੇ ਕਰਪਸ਼ਨ ਨੂੰ ਪਾਸੇ ਰੱਖ ਕੇ ਇਹ ਦੇਖਿਆ ਕਿ ਬੱਚਿਆਂ ਦੇ ਬੈਟਰ ਫਿਊਚਰ ਵਾਸਤੇ, ਆਉਣ ਵਾਲੀ ਸਦੀ ਵਾਸਤੇ, ਆਉਣ ਵਾਲੇ ਟਾਈਮ ਵਾਸਤੇ ਕੀ ਕਿਸ ਚੀਜ਼ ਦੀ ਰਿਕੁਆਇਰਮੈਂਟ ਹੈ, ਕਿਸ ਤਰ੍ਹਾਂ ਦੇ ਸਬਜੈਕਟਸ ਦੀ ਜ਼ਰੂਰਤ ਹੈ, ਕਿਸ ਤਰ੍ਹਾਂ ਦੀ ਸਟੱਡੀ ਦੀ ਜ਼ਰੂਰਤ ਹੈ, ਔਰ ਉਸਨੂੰ ਕਿਸ ਤਰੀਕੇ ਨਾਲ ਪ੍ਰੈਕਟੀਕਲ ਬਣਾਇਆ ਜਾਵੇ, ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੈ ਜੋਬ ਓਰੀਐਂਟਡ ਦਾ ਮਤਲਬ ਇਸ ਤਰ੍ਹਾਂ ਦੀ ਦਿੱਤੀ ਜਾਵੇ ਐਜੂਕੇਸ਼ਨ ਜਿਹੜੀ ਕਿ ਉਹਨਾਂ ਦੀ ਬਾਅਦ ਦੇ ਵਿੱਚ ਉਹਨਾਂ ਨੂੰ ਜੋਬ ਮਿਲਣ ਦੇ ਵਿੱਚ ਹੈਲਪ ਹੋਵੇ, ਔਰ ਉਹ ਐਜੂਕੇਸ਼ਨ ਜਿਹੜੀ ਹੈ ਪ੍ਰੈਕਟੀਕਲ ਟਾਈਪ ਦੀ ਹੋਵੇ, ਔਰ ਜੋਬ ਦੇ ਵਿੱਚ ਉਹਨਾਂ ਦੀ ਹੈਲਪ ਕਰੇ। ਇਹਨਾਂ ਚੀਜ਼ਾਂ ਦਾ ਸਾਰਾ ਬਿਲਕੁਲ ਮੁੱਖ ਰੱਖਦੇ ਹੋਏ ਬੜੇ ਧਿਆਨ ਨਾਲ ਉਹਨਾਂ ਨੇ ਇਹ ਸਾਰੀ ਸਟੱਡੀਜ਼ ਕਰਕੇ ਉਹਨਾਂ ਨੂੰ ਚੂਜ਼ ਕੀਤਾ, ਔਰ ਨੈਚੁਰਲੀ ਬੱਚਿਆਂ ਵਾਸਤੇ ਬੜੀ ਬੈਨੀਫਿਸ਼ੀਅਲ ਨੇ। ਜਿਹੜੇ ਦੋ ਆਪਾਂ ਕਹਾਂਗੇ ਸਿਸਟਮ ਦੇ ਵਿੱਚ ਜਿਹੜੇ ਬੱਚੇ ਜਾ ਰਹੇ ਨੇ, SPP ਜਿਹੜਾ ਸਟੂਡੈਂਟ ਪਾਰਟਨਰਸ਼ਿਪ ਪ੍ਰੋਗਰਾਮ ਕਾਫੀ ਦੇਰ ਤੋਂ ਚੱਲਦਾ ਆ ਰਿਹਾ, ਸੈਕਿੰਡਲੀ ਇੱਕ ਜਨਰਲ ਕੈਟੇਗਰੀ ਹੈਗੀ ਹੈ ਜਿਹੜੀ
ਕੀ ਫਰਕ ਹੈ ਇੱਕ ਸਟੂਡੈਂਟ ਲਈ, ਇੱਕ ਪ੍ਰੋਫਾਈਲ ਵਾਈਜ਼ ਫਰਕ ਆ ਜਾਂਦਾ ਹੈ, ਕੁਆਲਿਟੀ ਆਫ ਐਜੂਕੇਸ਼ਨ 'ਚ ਵੀ ਫਰਕ ਆਉਂਦਾ, ਇੰਸਟੀਟਿਊਟਸ ਫਰਕ ਆਉਂਦਾ, ਕੀ ਬੇਸਿਕਲੀ ਡਿਫਰੈਂਸ ਕੀ ਹੈ ਦੋਨਾਂ ਦੇ ਵਿੱਚ? ਦੇਖੋ, ਕੈਨੇਡੀਅਨ ਅੰਬੈਸੀ ਨੇ ਖਾਸ ਤੌਰ 'ਤੇ ਇਹ ਪਹਿਲਾਂ ਸਿਰਫ ਐਕਸਕਲੂਸਿਵਲੀ ਇੰਡੀਆ ਲਈ, ਬਾਅਦ 'ਚ ਚਾਈਨਾ ਨੂੰ ਵੀ ਇਨਕਲੂਡ ਕੀਤਾ ਐਸਪੀਪੀ ਦੇ ਵਿੱਚ। ਬਿਲਕੁਲ, ਪਾਇਲਟ ਪ੍ਰੋਜੈਕਟ ਚਲਾਇਆ ਕਿ ਚਲੋ ਇਹ ਪ੍ਰੋਜੈਕਟ ਇੱਕ ਚਲਾ ਕੇ ਦੇਖਦੇ ਹਾਂ, ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਤਾਂ ਕੁਆਲਿਟੀ ਕੰਟਰੋਲ ਰੱਖ ਦਿੱਤਾ ਕਿ 6 ਬੈਂਡ ਓਵਰਆਲ ਆਇਲਟਸ ਅਕੈਡਮਿਕ ਦੇ ਵਿੱਚ, ਔਰ ਕਿਸੇ ਵਿੱਚ ਵੀ 5.5 ਤੋਂ ਘੱਟ ਨਾ ਹੋਣ। ਇੱਕ ਤਾਂ ਇਹ ਇੱਕ ਕਿਸਮ ਦੀ ਛਾਨਣੀ ਲੱਗ ਗਈ ਕਿ ਇਕੁਆਲਿਟੀ ਸਟੂਡੈਂਟਸ ਜਿਹੜੇ ਇੰਗਲਿਸ਼ ਲੈਂਗੁਏਜ ਨੂੰ ਜਾਣਦੇ ਨੇ ਉਹੀ ਇਸ ਦੇ ਵਿੱਚ ਅਪਲਾਈ ਕਰ ਸਕਦੇ ਨੇ। ਦੂਸਰਾ, ਉਸ ਦੇ ਵਿੱਚ ਉਹਨਾਂ ਨੇ ਉਹਨਾਂ ਪ੍ਰਾਈਵੇਟ ਇੰਸਟੀਚਿਊਟਸ ਬਿਲਕੁਲ ਤਕਰੀਬਨ ਕੱਢ ਦਿੱਤੇ, ਗੁੱਡ ਇੰਸਟੀਚਿਊਟਸ ਜ਼ਿਆਦਾਤਰ ਕਮਿਊਨਿਟੀ ਕਾਲਜਿਸ ਔਰ ਕੁਛ ਯੂਨੀਵਰਸਿਟੀਜ਼ ਸਿਲੈਕਟਡ ਇੰਸਟੀਚਿਊਸ਼ਨਸ ਨੂੰ ਲਿਸਟ ਦੇ ਵਿੱਚ ਜਿਹੜਾ ਪਹਿਲਾਂ 20 ਇੰਟਰੋਡਿਊਸ ਕੀਤੇ ਸੀ ਉਸ ਦੇ ਵਿੱਚ ਕੁਛ ਸਾਲ, ਉਸ ਤੋਂ ਬਾਅਦ ਹੁਣ 40 ਦੇ ਕਰ ਦਿੱਤੇ ਨੇ। ਸੋ ਉਹ ਉਹਨਾਂ ਕਾਲਜਿਸ ਦੇ ਵਿੱਚ ਜਿਹੜੇ ਇੰਸਟੀਟਿਊਸ਼ਨ ਦੇ ਵਿੱਚ ਜਿਹੜੇ ਬੱਚੇ ਅਪਲਾਈ ਕਰਨਗੇ ਉਹੀ ਐਸ ਪੀ ਪੀ ਦੇ ਵਿੱਚ ਅਪਲਾਈ ਕਰ ਸਕਦੇ ਨੇ। ਹਾਲਾਂਕਿ ਐਸ ਪੀ ਪੀ ਦੇ ਵਿੱਚ ਸਿਰਫ 40 ਨੇ, ਲੇਕਿਨ ਇਹਨਾਂ ਨੇ ਕੈਨੇਡੀਅਨ ਜਿਹੜੇ ਕਾਲਜ ਇੰਸਟੀਚਿਊਟਸ ਆਫ ਕੈਨੇਡਾ CIC ਕੈਨ ਜਿਹੜੀ ਨੇ ਇਹਨਾਂ ਦੀ ਵੈਬਸਾਈਟ ਦੇ ਉੱਪਰ ਜਿਹੜੇ ਉਹਨਾਂ ਦੇ ਮੈਂਬਰਸ ਨੇ ਉਹਨਾਂ ਨੂੰ ਵੀ ਕੈਨੇਡੀਅਨ ਅੰਬੈਸੀ ਪ੍ਰਮੋਟ ਕਰਦੀ ਹੈ ਔਰ ਉਹਨਾਂ ਨੂੰ ਵੀ ਇਕੁਅਲ ਉਹਨਾਂ ਨੂੰ ਵੈਲਿਊ ਦਿੰਦੀ ਹੈ। ਸੋ ਸਿਰਫ ਇਹ ਨਹੀਂ ਕਿ ਐਸ ਪੀ ਪੀ ਦੇ ਵਿੱਚ ਹੀ ਵੀਜ਼ਾ ਲੱਗੇਗਾ, ਉਹਨਾਂ ਨੇ ਕੁਛ ਮੈਜਰਸ ਰੱਖਤੇ, ਕੁਛ ਹੋਰ ਕੰਟਰੋਲ ਸਿਸਟਮ ਰੱਖਤਾ, ਜਿੱਦਾਂ ਕਿ GIC ਜ਼ਰੂਰੀ ਕਰ ਦਿੱਤਾ। ਉਸ ਦੇ ਵਿੱਚ ਪਹਿਲਾਂ ਐਜੂਕੇਸ਼ਨ ਲੋਨ ਹੁੰਦਾ ਸੀਗਾ ਅਤੇ ਥੋੜ੍ਹੀ ਜਿਹੀ ਕੰਡੀਸ਼ਨਸ ਫਿੱਟ ਕਰ ਦਿੱਤੀਆਂ ਔਰ ਕਲੋਜ਼ ਮੋਨੀਟਰਿੰਗ ਦੇ ਵਿੱਚ ਉਸਨੂੰ ਕੀਤਾ ਗਿਆ ਔਰ ਉਸ ਦੇ ਵਿੱਚ ਬੜੇ ਥੋੜ੍ਹੇ ਜਿਹੇ ਡਾਕੂਮੈਂਟਸ ਦੇ ਨਾਲ ਬੜੀ ਛੇਤੀ ਪ੍ਰੋਸੈਸਿੰਗ ਕੀਤੀ। ਬੇਸਿਕਲੀ ਰਸਤੇ ਦੋਨੋਂ ਹੀ ਜਾਇਜ਼ ਨੇ, ਚਾਹੇ ਜਨਰਲ ਆਈ ਐਸ ਪੀ ਪੀ ਹੈ, ਬਟ ਇਹਦੇ ਥੋੜ੍ਹਾ ਪ੍ਰੋਸੈਸਿੰਗ ਫਾਸਟ ਆਈ ਹੈ, ਇੱਕ ਪ੍ਰੋਪਰਲੀ ਚੈੱਕਲਿਸਟ ਜਿਹੜੀ ਥੋੜ੍ਹੀ ਬਦਲ ਦਿੱਤੀ ਗਈ ਹੈ, ਡਾਕੂਮੈਂਟਸ ਘੱਟ ਚਾਹੀਦੇ। ਸੋ ਕਾਫੀ ਸਟੂਡੈਂਟਸ ਕੈਨੇਡਾ ਜਾਣ ਦੇ ਜਦੋਂ ਸੋਚ ਲੈਂਦੇ ਨੇ, ਬੜਾ ਦੁੱਖ ਲੱਗਦਾ ਵੀ ਰਿਜੈਕਸ਼ਨ ਜਦੋਂ ਆਉਂਦੀਆਂ ਨੇ, ਜੋ ਰਿਜੈਕਸ਼ਨ ਦੇ ਅਸੀਂ ਰੀਜ਼ਨ ਦੇਖਦੇ ਹਾਂ, ਮਿਸਮੈਚ ਆਫ ਕੋਰਸ, ਸਾਨੂੰ ਨਹੀਂ ਲੱਗਦਾ ਤੁਸੀਂ ਮੁੜ ਕੇ ਵਾਪਸ ਆ ਜਾਓਗੇ, ਜਦੋਂ ਐਸੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਰਿਜੈਕਸ਼ਨ ਲੱਗ ਕੇ ਇੱਕ ਚੰਗੀ ਪ੍ਰੋਫਾਈਲ ਦੇ ਵੀ, ਬਿਲਕੁਲ ਗਲਤੀ ਕਿੱਥੇ ਰਹਿ ਜਾਂਦੀ ਹੈ? ਫਾਈਲਿੰਗ ਦੇ ਵਿੱਚ ਗਲਤੀ ਰਹਿ ਗਈ ਹੈ, ਚੰਗਾ ਕੰਸਲਟੈਂਟ ਨਹੀਂ ਚੋਣ ਕੀਤਾ ਉੱਥੇ ਗਲਤੀ ਰਹਿ ਗਈ ਹੈ, ਅਵੇਅਰ ਨਹੀਂ ਸੀਗੇ ਉਹਦੇ ਕਰਕੇ ਇਹ ਚੀਜ਼ਾਂ ਵਾਪਰੀਆਂ ਨੇ। ਮੈਂ ਪਿਛਲੇ ਪ੍ਰੋਗਰਾਮ ਵਿੱਚ ਵੀ ਦੱਸਿਆ ਸੀ ਕਿ ਜਿਹੜੀ ਰਿਫਿਊਜ਼ਲਸ ਆਉਂਦੀਆਂ ਨੇ, ਰਿਫਿਊਜ਼ਲ ਲੈਟਰ ਆਉਂਦੀ ਹੈ, ਉਸ ਦੇ ਵਿੱਚੋਂ ਇਹ ਪਤਾ ਨਹੀਂ ਲਾਇਆ ਜਾ ਸਕਦਾ, ਜ਼ਿਆਦਾਤਰ ਰਿਫਿਊਜ਼ਲ ਲੈਟਰਸ 'ਤੇ ਸੇਮ ਹੀ ਉਹ ਇੱਕੋ ਪੁਆਇੰਟ 'ਤੇ ਕਲਿੱਕ ਕਰਦੇ ਨੇ ਕਿ ਤੁਹਾਡਾ ਜਿਹੜੀ ਹੈ ਇੰਟੈਂਡਿਡ ਪ੍ਰੋਗਰਾਮ ਜਿਹੜੀ ਹੈ ਉਹ ਇਜ਼ ਨੋਟ ਰੈਲੀਵੈਂਟ ਟੂ ਯੂਅਰ ਪ੍ਰੀਵੀਅਸ ਐਜੂਕੇਸ਼ਨ, ਇੰਗਲਿਸ਼ ਲੈਂਗੁਏਜ ਐਬਿਲਿਟੀਜ਼, ਫਿਊਚਰ ਪ੍ਰੋਸਪੈਕਟਸ ਐਂਡ ਆਲ। ਲੇਕਿਨ ਕਈ ਵਾਰ ਅਸੀਂ ਉਸ ਦੀ ਡਿਟੇਲ 'ਚ ਜਾਣ ਵਾਸਤੇ ਅਸੀਂ ਅੰਬੈਸੀ ਤੋਂ ਡਿਟੇਲਸ ਬਣਾ ਸਕਦੇ ਹਾਂ, ਕੇਪਸ ਨੋਟਸ ਲੈ ਸਕਦੇ ਹਾਂ ਅਤੇ ਅਸੀਂ ਮੰਗਵਾ ਜ਼ਰੂਰ ਮੰਗਵਾਉਂਦੇ ਹਾਂ ਦੇਖਣ ਵਾਸਤੇ। ਔਰ ਦੇਖਿਆ ਗਿਆ ਕਿ ਅਗਰ ਫਾਈਲਿੰਗ ਦੇ ਵਿੱਚ ਵੀ ਕੋਈ ਗਲਤੀ ਹੋ ਗਈ ਉਸ ਨੂੰ ਵੀ ਉਹਨਾਂ ਨੇ ਰਿਫਿਊਜ਼ ਕਰ ਦੇਣਾ ਔਰ ਟਿੱਕ ਜਿਹੜਾ ਹੈ ਰਿਫਿਊਜ਼ਲ ਦਾ ਉਹੀ ਲਾਉਣਾ। ਪਰ ਇਹਦੇ ਵਿੱਚ ਇੱਕ ਸਮਝਣ ਵਾਲੀ ਗੱਲ ਬਹੁਤ ਹੈ ਸਟੂਡੈਂਟ ਲਈ ਵੀ ਇਹ ਬੜੀ ਟੈਕਨੀਕਲ ਚੀਜ਼ਾਂ ਨੇ, ਜਿੱਥੇ ਛੋਟੀ ਜਿਹੀ ਵੀ ਗਲਤੀ ਹੋਈ ਚਾਹੇ ਉਹ ਫਾਈਲਿੰਗ ਦੇ ਵਿੱਚ ਤੁਹਾਡੇ ਏਜੰਟ ਵੱਲੋਂ ਜਾਂ ਕੰਸਲਟੈਂਟ ਵੱਲੋਂ, ਉਹ ਚੀਜ਼ ਦਾ ਜਿਹੜਾ ਖਾਮਿਆਜ਼ਾ ਉਹ ਤੁਹਾਨੂੰ ਭੁਗਤਣਾ ਪੈ ਸਕਦਾ। ਸੋ ਹਮੇਸ਼ਾ ਕਹੀਦਾ ਇੱਕ ਚੰਗੀ ਅਵੇਅਰਨੈਸ ਹੋਣੀ ਚਾਹੀਦੀ ਹੈ, ਤੁਹਾਨੂੰ ਵਧੀਆ ਅਵੇਅਰਨੈਸ ਦੇ ਸਦਕੇ ਇੱਕ ਚੰਗਾ ਕੰਸਲਟੈਂਟ ਚੂਜ਼ ਕਰੋ ਤਾਂ ਕਿ ਜਿਹੜੀ ਇੱਕ ਸਹੀ ਚੋਣ ਹੈ ਤੁਹਾਡੀ ਜਿਹੜੀ ਸੁਪਨੇ ਦੀ ਉਹ ਪ੍ਰੋਪਰਲੀ ਸਾਕਾਰ ਹੋ ਸਕੇ। ਕੰਸਲਟੈਂਟ ਦੇ ਚੋਣ ਵੇਲੇ ਹੁਣ ICCRC ਮੈਂਬਰ 'ਤੇ ਮੈਂ ਗੱਲ ਕਰਨਾ ਚਾਹੁੰਦਾ, ਕਿਉਂਕਿ ਤੁਸੀਂ ਵੀ ਇੱਕ ਟਾਈ ਅਪਸ ਲੈ ਕੇ ਕਾਲਜਿਸ ਨਾਲ ਜਿੱਕੇ ਬਾਕੀ ਏਜੰਟ ਕੰਮ ਕਰਦੇ ਨੇ ਕਰ ਸਕਦੇ ਸੀ, ਕਿਉਂ ICCRC ਮੈਂਬਰ ਵੱਲ ਇਹ ਰੁਖ ਕੀਤਾ ਗਿਆ? ਕੀ ਐਡਵਾਂਟੇਜ ਦੇਣਾ ਚਾਹੁੰਦੇ ਸਟੂਡੈਂਟਸ ਨੂੰ, ਕੀ ਖਾਸ ਸਰਵਿਸਿਜ਼ ਨੇ ICCRC ਮੈਂਬਰ ਦੀਆਂ ਜੋ ਇੱਕ ਆਮ ਏਜੰਟ ਨਹੀਂ ਦੇ ਸਕਦਾ? ਦੇਖੋ, ਉਹੀ ਕਿ ਕੈਨੇਡੀਅਨ ਅੰਬੈਸੀ ਜਿਹੜੀ CIC.GC.CA ਉਸ ਦੀ ਵੈਬਸਾਈਟ 'ਤੇ ਦੇਖ ਸਕਦੇ ਹਾਂ, ਔਰ ICCRC ਅਗਰ ਗੂਗਲ ਦੇ ਉੱਪਰ ਕਰੀਏ, ਅੱਜ ਕੱਲ੍ਹ ਇੰਟਰਨੈਟ ਦਾ ਟਾਈਮ ਹੈ, ਬਹੁਤ ਟੈਕਨੋਲੋਜੀ ਫਾਸਟ ਹੈ, ਗੂਗਲ ਦੇ ਉੱਪਰ ICCRC ਇਮੀਗ੍ਰੇਸ਼ਨ ਕੰਸਲਟੈਂਸੀ ਇਸ ਤਰ੍ਹਾਂ ਦੇ ਵਰਡਸ ਪਾ ਕੇ, ਜਾਂ CIC ਆਥੋਰਾਈਜ਼ਡ ਰੈਪ੍ਰਜੈਂਟੇਟਿਵ, ਉਸ ਦੇ ਵਿੱਚ ਸਾਰੀ ਡਿਟੇਲਸ ਦੇਖ ਸਕਦੇ ਹਾਂ। ਔਰ ਬੜਾ ਬੱਚਿਆਂ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਫਿਊਚਰ ਦਾ, ਭਵਿੱਖ ਦਾ ਸਵਾਲ ਹੈਗਾ, ਕਰੀਅਰ ਦਾ ਸਵਾਲ ਹੈਗਾ, ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਇਹ ਚੀਜ਼ਾਂ ਦੇਖਣ ਦੇ ਵਾਸਤੇ ਕਿ ICCRC ਕੀ ਹੈ, ਔਰ CIC ਵੱਲੋਂ ਹੈ ਕਿ ਸਿਰਫ ICCRC ਮੈਂਬਰਸ ਹੀ ਲੀਗਲੀ
ਰਿਕਗਨਾਈਜ਼ਡ ਨੇ ਆਥੋਰਾਈਜ਼ਡ ਰੈਪਰੈਜ਼ੈਂਟੇਟਿਵ ਬਣਨ ਦੇ ਲਈ ਔਰ ਆਪਣੇ ਕਲਾਇੰਟਸ ਦੇ ਕੇਸਿਸ ਕੈਨੇਡੀਅਨ ਐਮਬੈਸੀ ਦੇ ਵਿੱਚ ਸਬਮਿਟ ਕਰਨ ਲਈ। ਸੋ ਜਦੋਂ ਅਸੀਂ ਕੇਸ ਸਬਮਿਟ ਕਰਦੇ ਹਾਂ, ਐਪਲੀਕੇਸ਼ਨ ਸਬਮਿਟ ਕਰਦੇ ਹਾਂ, ਸਟੂਡੈਂਟ ਪਰਮਿਟ ਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਮੈਟਰ ਦੀ ਹੈ, ਸਪਾਊਸਲ ਕੈਟੇਗਰੀ ਦੀ ਹੈ, ਵਿਜ਼ਟਰ ਵੀਜ਼ਾ ਦੀ ਹੈ ਜਾਂ ਕਿਸੇ ਤਰ੍ਹਾਂ ਦੀ ਹੈ, ਉਸ ਦੇ ਵਿੱਚ ਅਸੀਂ ਇੱਕ IMM 5476 ਜਿਹੜਾ ਆਥੋਰਾਈਜ਼ਡ ਰੈਪਰੈਜ਼ੈਂਟੇਟਿਵ ਫੋਰਮ ਹੈਗਾ IMM 5476 ਉਹ ਅਸੀਂ ਗੂਗਲ ਤੋਂ ਡਾਊਨਲੋਡ ਕਰ ਸਕਦੇ ਹਾਂ। ਉਹ ਉਸ ਦੇ ਵਿੱਚ ਦੇਖਣ ਵਾਲੀ ਚੀਜ਼ ਹੈ ਕਿ ਉਸ ਦੇ ਵਿੱਚ ਪੁੱਛਿਆ ਗਿਆ ਹੈ ਕਿ ਤੁਹਾਡਾ ਕੰਸਲਟੈਂਟ ICCRC ਮੈਂਬਰ ਹੈ ਔਰ ਉਸਦਾ ICCRC ਦਾ ਮੈਂਬਰਸ਼ਿਪ ਨੰਬਰ ਕੀ ਹੈ, ਜਿਹੜਾ ਕਿ ਸਾਡਾ ਜਿਹੜਾ ਹੈ ਇੱਕ ਇਸ਼ੂ ਹੁੰਦਾ ਸਾਰਿਆਂ ਨੂੰ, ਬਿਲਕੁਲ, ਜਿਹੜਾ ਕਿ ਮੇਰਾ R410-8871 ਹੈ। ਸੋ ਉਹ ਐਡਵਾਂਟੇਜ ਨੇ ਕਿ CIC ਨੂੰ ਪਤਾ ਹੈ ਕਿ ਸਿਰਫ ICCRC ਮੈਂਬਰਸ ਹੀ ਲੀਗਲੀ ਰਿਕਗਨਾਈਜ਼ਡ ਨੇ ਔਰ ਉਹਨਾਂ ਕੋਲ ਸਾਡੀਆਂ ਸਾਰੀਆਂ ਕੰਟੈਕਟ ਡਿਟੇਲਸ ਨੇ। ਅਗਰ ਫਾਈਲ ਦੇ ਵਿੱਚ ਕੋਈ ਡਿਸਕ੍ਰੀਪੈਂਸੀ ਹੈ, ਕੋਈ ਕੰਟੈਕਟ ਨੰਬਰ ਹੈ, ਕੁਛ ਹੋਰ ਚੀਜ਼ ਚਾਹੀਦੀ ਹੈ, ਕਿਸੇ ਵੀ ਤਰ੍ਹਾਂ ਦੀ ਰਿਕੁਆਇਰਮੈਂਟ ਹੈ, ਤਾਂ ਉਹ ਸਾਨੂੰ ਡਾਇਰੈਕਟਲੀ ਕੰਟੈਕਟ ਕਰਦੇ ਨੇ। ਮਤਲਬ ਸਟੂਡੈਂਟ ਨੂੰ ਐਡਵਾਂਟੇਜ ਕਾਫੀ ਹੈ ਬਾਕੀ ਏਜੰਟਸ ਨਾਲੋਂ ਵੀ, ਇੱਕ ਅਪਡੇਟਸ ਜਿਹੜੀਆਂ ਜ਼ਿਆਦਾ ਮਿਲਦੀਆਂ ਨੇ, ਹਰ ਤਰ੍ਹਾਂ ਦੇ ਲੀਗਲ ਵੇ ਜਿਹੜਾ ਉਹ ਤਿਆਰ ਕੀਤਾ ਜਾਂਦਾ ICCRC ਮੈਂਬਰ। ਦੇਖੋ, ਪਹਿਲੀ ਗੱਲ ਤਾਂ ਇਹੀ ਹੈ ਕਿ ICCRC ਬਣਨ ਲਈ ਹੀ ਇਹਨਾਂ ਦੇ ਬਹੁਤ ਸਾਰੇ ਇਮੀਗ੍ਰੇਸ਼ਨ ਲਾਅ ਪਾਸ ਕਰਨਾ ਹੈ ਕੈਨੇਡਾ ਤੋਂ, ਉਸ ਤੋਂ ਬਾਅਦ ਇਹਨਾਂ ਦੀ ਆਈਲੈਟਸ 7 ਬੈਂਡ ਈਚ ਦੀ ਰਿਕੁਆਇਰਮੈਂਟ ਹੈ ਅਕੈਡਮਿਕ ਦੀ, ਉਸ ਤੋਂ ਬਾਅਦ ਐਂਟਰੈਂਸ ਐਗਜ਼ਾਮ, ਫਿਰ ਇਹਨਾਂ ਦਾ ਲਾਇਸੈਂਸਿੰਗ ਐਗਜ਼ਾਮ ਐਡਵੋਕੇਸੀ ਦਾ ਹੈ, ਉਹ ਸਾਰੇ ਐਗਜ਼ਾਮ ਪੂਰਾ ਇਹ ਸੈਟਿਸਫੈਕਟਰੀ ਹੈ ਕਿ ਪਰਸਨ ਇਜ਼ ਹਾਈਲੀ ਕੁਆਲੀਫਾਈਡ ਐਂਡ ਨੌਲੇਜਡ ਐਂਡ ਕੰਪੀਟੈਂਟ। ਸੋ ਉਸ ਤੋਂ ਬਾਅਦ ਫਿਰ ICCRC ਸਾਨੂੰ ਅਪਡੇਟ ਰਹਿੰਦੀ ਦਿੰਦੀ ਰਹਿੰਦੀ ਹੈ। ਉਸ ਤੋਂ ਬਾਅਦ ਸਾਨੂੰ ਇਹ ਕਿ 16 ਆਵਰਸ ਦੀ CPD ਆਵਰਸ ਦੀ ਨੈਸੈਸਿਟੀ ਹੈ ਕਿ ਅਸੀਂ ਵੀ ਹੈਵ ਟੂ ਕੀਪ ਅਵਰ ਸੈਲਫ ਅਪਡੇਟਡ ਔਰ ਸਾਨੂੰ ਆਪਣੇ ਆਪ ਨੂੰ ਲੇਟੈਸਟ ਰੂਲਸ ਰੈਗੂਲੇਸ਼ਨਸ ਔਰ ਅੰਬੈਸੀ ਦੇ ਜਿਹੜੀ ਪੋਲਿਸੀਜ਼ ਨੇ ਉਹਨਾਂ ਤੋਂ ਅਪਡੇਟਡ ਰਹਿਣਾ ਪੈਂਦਾ ਹੈ। ਸੋ ਇਹ ਚੀਜ਼ਾਂ ਨੇ ਕਿ CIC ਔਰ ICCRC ਇਹ ਚਾਹੁੰਦੀ ਹੈ ਕਿ ਅਸੀਂ ਬਿਲਕੁਲ ਲੇਟੈਸਟ ਰੂਲਸ ਤੋਂ ਵਾਕਫ ਹੋਈਏ। ਸੋ ਇਹ ਚੀਜ਼ਾਂ ਆਟੋਮੈਟਿਕਲੀ ਇਹ ਚੀਜ਼ ਇੱਕ ਮੈਸੇਜ ਦਿੰਦੀਆਂ ਨੇ ਕਿ ਸਟੂਡੈਂਟ ਲਈ ਇਹ ਸ਼ਾਇਦ ਕਾਫੀ ਫਾਇਦੇਮੰਦ ਹੋ ਸਕਦਾ। ਬਿਲਕੁਲ। ਸੋ ਇੱਥੇ ਮੈਂ ਜ਼ਰੂਰ ਇੱਕ ਚਾਹੂੰਗਾ, ਜਿਹੜੇ ਵੀ ਸਟੂਡੈਂਟ ICCRC ਮੈਂਬਰ ਰਵੀ ਗਰਜ ਵੀ ਸਾਡੇ ਨਾਲ ਨੇ, ਉਹਨਾਂ ਦੀ ਟੀਮ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਨੇ, ਉਹਨਾਂ ਵੱਲੋਂ ਸਰਵਿਸਿਜ਼ ਲੈਣਾ ਚਾਹੁੰਦੇ ਨੇ ਜਾਂ ਕੋਈ ਮਨ ਦੇ ਵਿੱਚ ਡਾਊਟ, ਕੋਈ ਕਨਫਿਊਜ਼ਨ ਹੈ ਜਿਹੜੀ ਹੱਲ ਨਹੀਂ ਹੋ ਪਾ ਰਹੀ, ਤਾਂ ਇਹਨਾਂ ਦੀ ਟੀਮ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ। ਨੰਬਰ ਚੱਲ ਰਿਹਾ ਇਹਨੇ TV ਸਕਰੀਨ 'ਤੇ, ਉਹਨਾਂ 'ਤੇ ਕਾਲ ਕਰਕੇ, ਮੈਸੇਜ ਕਰਕੇ, ਇਹਨਾਂ ਦੇ ਆਫਿਸ ਵਿਜ਼ਿਟ ਕਰਕੇ ਅਸੈਸਮੈਂਟ ਕਰਵਾਈ ਜਾ ਸਕਦੀ ਹੈ, ਆਪਸ਼ਨਸ ਜਾਣੀਆਂ ਜਾ ਸਕਦੀਆਂ ਨੇ। ਅਸੈਸਮੈਂਟ ਫ੍ਰੀ ਆਫ ਕੋਸਟ ਕੀਤੀ ਜਾਏਗੀ, ਉਹਦੇ ਲਈ ਕੋਈ ਵੀ ਚਾਰਜਿਸ ਨਹੀਂ ਨੇ। ਤੁਸੀਂ ਇਹਨਾਂ ਦੇ ਆਫਿਸ ਜਿਹੜੇ ਜਿਹੜੇ ਸ਼ਹਿਰ ਦੇ ਵਿੱਚ ਨੇ, ਪ੍ਰੋਪਰਲੀ ਸਕਰੋਲ ਚੱਲ ਰਹੀ ਹੈ, ਕਿਤੇ ਵੀ ਜਾ ਕੇ ਆਪਣੀ ਪ੍ਰੋਪਰਲੀ ਅਸੈਸਮੈਂਟ ਕਰਵਾ ਸਕਦੇ ਹੋ। ICCRC ਮੈਂਬਰ ਦੀ ਐਡਵਾਂਟੇਜਿਸ ਕੀ ਨੇ ਉਹ ਤੁਹਾਨੂੰ ਦੱਸੀਆਂ ਗਈਆਂ ਨੇ। ਕੋਰਸਿਸ ਬਾਰੇ ਗੱਲ ਕਰਦੇ ਹਾਂ ਇਹਨਾਂ ਦੇ, ਖਾਸ ਕਰ ਕੈਨੇਡਾ ਆਫਿਸ ਬਾਰੇ ਗੱਲ ਕਰਦੇ ਹਾਂ, ਬਟ ਜਿਹੜੀਆਂ ਮੇਨ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਟੂਡੈਂਟ ਦੀ ਪ੍ਰੋਬਲਮਸ, ਪਹਿਲੇ ਸਟੂਡੈਂਟ ਦੀ ਪ੍ਰੋਬਲਮ ਇੱਕ ਤਾਂ ਇਹ ਡਿਸਕਸ ਕੀਤੀ ਹੈ ਵੀ ਰਿਜੈਕਸ਼ਨਸ ਕਿਉਂ ਆ ਰਹੀਆਂ ਨੇ। ਜੇ ਰਿਜੈਕਸ਼ਨ ਨਾ ਆਵੇ ਉਸ ਤੋਂ ਪਹਿਲਾਂ ਹੀ ਆਪਾਂ ਸੋਚ ਲਈਏ ਵੀ ਕੋਰਸ ਅਤੇ ਆਪਣਾ ਕੰਸਲਟੈਂਟ ਦੋਨੋਂ ਕੱਕੇ ਜਿਹੜੇ ਨੇ ਉਹ ਬਹੁਤ ਸੋਚ ਸਮਝ ਕੇ ਡਿਸਾਈਡ ਕੀਤੇ ਜਾਣ, ਤੀਸਰਾ ਕੱਕਾ ਕੰਟਰੀ ਅਤੇ ਕਾਲਜ, ਚੌਥਾ ਜਿਹੜਾ, ਇਹ ਚੀਜ਼ਾਂ ਜਦੋਂ 4-5 ਕੱਕੇ ਆਪਾਂ ਸੋਚ ਸਮਝ ਕੇ ਡਿਸਾਈਡ ਕਰਦੇ ਹਾਂ ਤਾਂ ਮੇਰੇ ਖਿਆਲ ਵੀਜ਼ਾ ਜਾਂ PR ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ। ਪਹਿਲਾਂ ਕੰਸਲਟੈਂਟ, ਉਸ ਤੋਂ ਬਾਅਦ ਆਪਾਂ ਕੰਟਰੀ ਦਾ ਚੋਣ ਕਰਨਾ, ਕਾਲਜ ਦਾ ਚੋਣ ਕਰਨਾ, ਕੋਰਸ ਦਾ ਚੋਣ ਕਰਨਾ, ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਬਟ ਇੱਥੇ ਜਦੋਂ ਆਪਾਂ ਕੋਰਸਿਸ ਦੀ ਗੱਲ ਕਰਦੇ ਹਾਂ, ਸਟਰੀਮ ਜਿਹੜੀਆਂ ਨੇ ਜੇ ਗੱਲ ਕਰੀਏ 3 ਜਾਂ 4 ਜਿਹਚੋਂ ਮੇਨ ਬੱਚੇ ਨਿਕਲਦੇ ਨੇ, ਆਰਟਸ, ਕਾਮਰਸ, ਨੋਨ ਮੈਡੀਕਲ, ਮੈਡੀਕਲ, ਬਿਲਕੁਲ, ਚਾਰੋਂ ਸਟਰੀਮਸ ਨਾਲ ਬੱਚੇ ਜਦੋਂ ਨਿਕਲ ਕੇ ਕੈਨੇਡਾ ਵੱਲ ਮੂਵ ਕਰਦੇ ਨੇ, ਇੱਕ ਇਮੀਗ੍ਰੇਸ਼ਨ ਕੰਸਲਟੈਂਟ ਕੋਲ ਜਾਂਦੇ ਵੀ ਸਰ ਸਾਡੀ ਰੈਲੇਵੈਂਟ ਫੀਲਡਸ ਕਿਹੜੀਆਂ ਨੇ, ਕਈ ਵਾਰੀ ਆਪਣੇ ਟਾਈਅਪਸ ਨਾ ਹੋਣ ਕਰਕੇ ਏਜੰਟ ਵੱਲੋਂ ਬਹੁਤ ਘੱਟ ਕੋਰਸਿਸ ਉਹਨਾਂ ਤੱਕ ਪਹੁੰਚਾਏ ਜਾਂਦੇ ਨੇ, ਉਸ ਚੀਜ਼ ਦਾ ਬੱਚੇ ਨੂੰ ਕੀ ਨੁਕਸਾਨ ਹੋ ਸਕਦਾ। ਦੇਖੋ, ਉਹੀ ਹੈ ਕਿ ਜਦੋਂ ਅਸੀਂ ਰੈਲੇਵੈਂਟ ਪ੍ਰੋਗਰਾਮ ਦੇ ਵਿੱਚ ਨਹੀਂ ਪਾਵਾਂਗੇ, ਮੰਨ ਲਓ ਕਿ ਡਾਕਟਰ ਨੂੰ ਇੰਜੀਨੀਅਰਿੰਗ 'ਚ ਪਾ ਦਾਂਗੇ, ਇੰਜੀਨੀਅਰ ਨੂੰ ਡਾਕਟਰੀ 'ਚ ਪਾ ਦਾਂਗੇ, ਇਸ ਤਰ੍ਹਾਂ ਦੇ ਕੋਈ ਇਰਰੈਲੇਵੈਂਟ ਪ੍ਰੋਗਰਾਮ ਦੇ ਵਿੱਚ ਪਾ ਦਾਂਗੇ, ਤਾਂ ਫਿਰ ਸਭ ਤੋਂ ਖਾਸ ਗੱਲ ਜਿਸ ਤਰ੍ਹਾਂ ਕਿ ਬੱਚਾ ਗ੍ਰੈਜੂਏਟ ਹੈ ਅਤੇ ਉਸ ਨੂੰ ਪੋਸਟ ਗ੍ਰੈਜੂਏਟ ਦੇ ਵਿੱਚ ਸਟੱਡੀਜ਼ ਦੇ ਵਿੱਚ ਜਾਣਾ ਚਾਹੀਦਾ ਅਤੇ ਪੋਸਟ ਸੈਕੰਡਰੀ ਪ੍ਰੋਗਰਾਮ ਦੇ ਵਿੱਚ ਉਹਨੂੰ ਐਡਮਿਸ਼ਨ ਕਰਾਵਾਂਗੇ ਔਰ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ, ਅਤੇ ਡੈਫੀਨੇਟਲੀ ਉਹਦੇ ਵੀਜ਼ਾ ਚਾਂਸਿਸ ਬਹੁਤ ਲੋਅ ਹੋ ਜਾਣਗੇ। ਕਿਉਂ ਹੁੰਦੇ ਲੋਕ ਸਭ ਇਹੋ ਜਿਹੀ ਕੋਸ਼ਿਸ਼ ਕਿਉਂ ਕੀਤੀਆਂ ਜਾਂਦੀਆਂ ਨੇ? ਪਤਾ ਕੰਸਲਟੈਂਟ ਨੂੰ ਵੀ ਹੁੰਦਾ ਵੀ ਇਹ ਹੁਣ ਜੇ ਨੇ ਆਹ ਪ੍ਰੋਗਰਾਮ ਇਸ ਲੈਵਲ ਦਾ ਕੀਤਾ ਹੋਇਆ ਤੇ ਅਪਰ ਲੈਵਲ ਦੇ ਵਿੱਚ ਹੀ ਜਾਏਗਾ, ਫਿਰ ਕਿਉਂ ਐਸੀ ਕੋਸ਼ਿਸ਼? ਜ਼ਰੂਰੀ ਨਹੀਂ ਪਤਾ ਹੋਵੇ, ਇਹ ਵੀ ਹੋ ਸਕਦਾ ਹੈ ਕਿ ਲੈਕ ਆਫ ਐਕਸਪੀਰੀਅੰਸ ਹੈ, ਲਾਪਰਵਾਹੀ ਵੀ ਹੈ ਕਈ ਵਾਰ ਕੰਸਲਟੈਂਟ ਆਪ। ਦੇਖੋ, ਆਈ ਮੇਕ ਸ਼ੋਰ ਮੇਰੇ ਨਾਂ ਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਕੰਪਨੀ ਦਾ ਨਾਂ ਜੁੜਿਆ ਹੋਇਆ, ਰੈਪੂਟੇਸ਼ਨ ਜੁੜੀ ਹੋਈ ਹੈ ਔਰ ICCRC ਦੀ ਗੱਲ ਕਰਦੇ ਹਾਂ, ਅਤੇ ਮੇਰੇ ਨਾਂ ਦੇ ਨਾਲ ਹੀ ਬਹੁਤ ਲੋਕ
ਸਾਡੀ ਕੰਪਨੀ ਨਾਲ ਸਾਡੇ ਨਾਲ ਜੁੜਦੇ ਨੇ ਐਂਡ ਦੈਨ ਆਈ ਫੀਲ ਮਾਈ ਰਿਸਪੋਂਸੀਬਿਲਿਟੀ ਕਿ ਮੈਂ ਉਹਨੂੰ ਪਰਸਨਲ ਕੇਅਰ ਕਰਾਂ ਭਾਵੇਂ ਉਸਦੇ ਲਈ ਰਾਤ ਜਾਗਣਾ ਹੋਵੇ ਸਵੇਰੇ ਛੇਤੀ ਉੱਠਣਾ ਪਵੇ ਭਾਵੇਂ ਮਿਹਨਤ ਕਰਨੀ ਪਵੇ ਜ਼ਿਆਦਾ ਕੰਮ ਕਰਨਾ ਪਵੇ ਮੇਰੀ ਜ਼ਿੰਮੇਵਾਰੀ ਹੋ ਜਾਂਦੀ ਹੈ ਅਤੇ ਡਿਪੈਂਡ ਕਰਦਾ ਹਰ ਕੋਈ ਪਰਸਨ ਜਿਹੜਾ ਹੈ ਇੰਨੀ ਮਿਹਨਤ ਕਰਕੇ ਨਹੀਂ ਰਾਜੀ ਅਤੇ ਉਹ ਲਾਪਰਵਾਹੀ ਹੋ ਗਈ ਨੌਲੇਜ ਨਹੀਂ ਹੈ ਜਾਂ ਯੂ ਆਰ ਰਾਈਟ ਕਿ ਅਗਰ ਕੁਛ ਕਾਲਜਿਸ ਦੇ ਨਾਲ ਟਾਈ ਅਪਸ ਕਿਉਂਕਿ ਅਸੀਂ ਸਟੂਡੈਂਟਸ ਕੋਲੋਂ ਬਹੁਤ ਨੈਗਲੀਜੀਬਲ 5-10 ਹਜ਼ਾਰ ਇਸ ਤਰ੍ਹਾਂ ਕੁਛ ਬਹੁਤ ਹੀ ਨੈਗਲੀਜੀਬਲ ਅਮਾਊਂਟ ਫੀਸ ਦੀ ਲਈ ਦੀ ਹੈ ਅੱਛੇ ਕੇਸਿਸ ਦੇ ਵਿੱਚ ਸਾਡੀ ਕੰਪਨੀ ਜਿਹੜੀ ਹੈ ਕੋਈ ਫੀਸ ਨਹੀਂ ਲੈਂਦੀ ਜਿਹੜੇ ਗੁੱਡ ਪ੍ਰੋਫਾਈਲ ਕੇਸਿਸ ਨੇ ਜਿਹੜੇ ਅੱਛੇ ਪਰਸੈਂਟੇਜ ਵਾਲੇ ਕੇਸਿਸ ਨੇ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਅਸੀਂ ਜਿਹੜੇ ਡਾਇਰੈਕਟ ਆਥੋਰਾਈਜ਼ਡ ਰੈਪ੍ਰਜੈਂਟੇਟਿਵ ਹੈਗੇ ਹਾਂ ਰਿਕਰੂਟਰ ਹੈਗੇ ਹਾਂ ਕਾਲਜ ਯੂਨੀਵਰਸਿਟੀਜ਼ ਦੇ ਇੰਸਟੀਟਿਊਸ਼ਨਸ ਦੇ ਕੈਨੇਡੀਅਨ ਅਤੇ ਸਾਨੂੰ ਉਹ ਕੰਪਨਸੇਟ ਕਰਦੇ ਸਾਡੇ ਆਫਿਸਿਸ ਦੇ ਐਕਸਪੈਂਸਿਸ ਸੈਮੀਨਾਰਸ ਦੇ ਐਕਸਪੈਂਸਿਸ ਉਹ ਪੇ ਕਰਦੇ ਨੇ ਦੋਨੋਂ ਪ੍ਰੋਗਰਾਮਸ ਦੇ ਵਿੱਚ ਚਾਹੇ ਉਹ SPPI ਜਾਂ ਨੋਨ SPPI ਬਿਲਕੁਲ ਬਿਲਕੁਲ ਡਜ਼ਨਟ ਮੈਟਰ ਦੋਨਾਂ ਦੇ ਵਿੱਚ ਆਪਣੇ ਪਾਇਨੀਅਰ ਵੱਲੋਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਬਿਲਕੁਲ ਸੋ ਉਸ ਤਰ੍ਹਾਂ ਦੀ ਹਾਲਤ ਦੇ ਵਿੱਚ ਅਸੀਂ ਇਹ ਕੰਸਲਟੈਂਟ ਅਗਰ ਉਹਨਾਂ ਕਾਲਜਿਸ ਇੰਸਟੀਚਿਊਟਸ ਦਾ ਆਥੋਰਾਈਜ਼ਡ ਰੈਪ੍ਰਜੈਂਟੇਟਿਵ ਨਹੀਂ ਹੈ ਤੇ ਪ੍ਰੋਬੇਬਲੀ ਉਹ ਸਟੂਡੈਂਟ ਨੂੰ ਉਸ ਤਰੀਕੇ ਨਾਲ ਗਾਈਡ ਨਹੀਂ ਕਰੇਗਾ ਸੋ ਅੱਜ ਕੱਲ੍ਹ ਇਸ ਤਰ੍ਹਾਂ ਦਾ ਇੰਟਰਨੈਟ ਦਾ ਜ਼ਮਾਨਾ ਆਪ ਬੱਚੇ ਨੂੰ ਐਕਸਪਲੋਰ ਕਰਨਾ ਚਾਹੀਦਾ ਹੈ ਦੋ ਚਾਰ ਥਾਂ ਤੇ ਐਕਸਪਲੋਰ ਕਰ ਲੈਣਾ ਚਾਹੀਦਾ ਤੁਹਾਡੇ ਨਾਲ ਮੈਂ ਸਹਿਮਤ ਹਾਂ ਬਿਲਕੁਲ ਬੱਚੇ ਨੂੰ ਅਵੇਅਰ ਹੋਣਾ ਚਾਹੀਦਾ ਸੋਸ਼ਲ ਸਾਈਟਸ ਤੋਂ ਥੋੜ੍ਹਾ ਅੱਗੇ ਵੱਧ ਕੇ ਵੀ ਸੋਚ ਜਿਹੜੀ ਹੈ ਇੰਟਰਨੈਟ ਵੱਲ ਉਹਨੂੰ ਯੂਜ਼ ਕਰਨਾ ਬਿਲਕੁਲ ਬਟ ਕਈ ਵਾਰੀ ਕੀ ਹੁੰਦਾ ਖੁਦ ਏਜੰਟ ICCRC ਮੈਂਬਰ ਜਾਂ ਆਥੋਰਾਈਜ਼ ਨਹੀਂ ਹੈ ਬਟ ਉਹਨਾਂ ਨੇ ਕਈ ਵਾਰੀ ਐਡ ਦਿੱਤੀ ਹੁੰਦੀ ਹੈ ਆਪਾਂ ਕਾਫੀ ਵਾਰੀ ਦੇਖਦੇ ਹਾਂ ਵੀ ICCRC ਮੈਂਬਰ ਔਨ ਓਵਰ ਪੈਨਲ ਵੀ ਫਾਈਲ ਉਹਨਾਂ ਵੱਲੋਂ ਤਿਆਰ ਹੋਏਗੀ ਉਹਨਾਂ ਵੱਲੋਂ ਪ੍ਰੋਪਰਲੀ ਕੇਅਰ ਕੀਤੀ ਜਾਏਗੀ ਬਿਲਕੁਲ ਉਹ ਚੀਜ਼ ਹੋਣਾ ਜਾਂ ਇੱਕ ਖੁਦ ICCRC ਮੈਂਬਰ ਹੋਣਾ ਸਟੂਡੈਂਟ ਲਈ ਫਰਕ ਕੀ ਰਹੇਗਾ ਉਹਦੇ 'ਚ ਬਿਲਕੁਲ ਮੈਂ ਪਰਸਨਲ ਐਕਸਪੀਰੀਅੰਸ ਦੀ ਗੱਲ ਦੱਸਦਾ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ICCRC 2006 ਦੇ ਵਿੱਚ ਮੈਂ ਬਣਿਆ ਸੀ ICCRC ਮੈਂਬਰ ਜਦੋਂ ਅਤੇ ਲੋਕਾਂ ਨੇ ਮੈਨੂੰ ਕੰਟੈਕਟ ਕੀਤਾ ਕਿ ਜੀ ਅਸੀਂ ਤੁਹਾਡੀ ਫਰੈਂਚਾਈਜ਼ ਲੈਣੀ ਹੈ ਅਸੀਂ ਵੀ ਆਰ ਵੈਰੀ ਇੰਪ੍ਰੈਸਡ ਸਾਨੂੰ ਪਤਾ ਕਿ ਤੁਸੀਂ ਲੀਗਲ ਹੈਗੇ ਹੋ ਤੁਹਾਡਾ ਕੰਪਨੀ ਦਾ ਨਾਂ ਲੈਣਾ ਇਹ ਕਹਿ ਲਓ ਕਿ ਗਲਤੀ ਹੋਈ ਕਿ ਇੱਕ ਦੋ ਬੰਦਿਆਂ ਨੂੰ ਅਸੀਂ ਇਸ ਤਰ੍ਹਾਂ ਦੇ ਦਿੱਤਾ ਔਰ ਫਿਰ ਮਹਿਸੂਸ ਕੀਤਾ ਕਿ ਉਹਨਾਂ ਨੇ ਸਾਡੀ ਕੰਪਨੀ ਨੂੰ ਨਹੀਂ ਚੂਜ਼ ਕੀਤਾ ICCRC ਦੀ ਸਟੈਂਪ ਨੂੰ ਯੂਜ਼ ਕੀਤਾ ਜਿਹਨੂੰ ਮਿਸਯੂਜ਼ ਕਰ ਜਾਓ ਮਿਸਯੂਜ਼ ਕਰਨਾ ਸ਼ੁਰੂ ਕੀਤਾ ਔਰ ਉਹਨਾਂ ਦੀ ਹਰਕਤਾਂ ਤੇ ਜਦੋਂ ਅਸੀਂ ਨਿਗਾਹ ਰੱਖੀ ਤੇ ਦੇਖਿਆ ਗਿਆ ਕਿ ਉਹ ਇਸ ਗੱਲ ਨੂੰ ਬੜਾ ਐਡਵਰਟਾਈਜ਼ ਕਰ ਰਹੇ ਸੀ ਕਿ ਰਵੀ ਗਰਗ ਸਾਡੇ ਕੰਪਨੀ ਦੇ ਨਾਲ ਜੁੜੇ ਹੋਏ ਨੇ ਜਿਹੜੇ ਕਿ ICCRC ਮੈਂਬਰ ਨੇ ਔਰ ਉਹ ਇਨਵੋਲਵਡ ਨੇ ਲੇਕਿਨ ਜਿੱਦਾਂ ਹੀ ਸਾਨੂੰ ਪਤਾ ਲੱਗਿਆ ਅਸੀਂ ਉਸ ਨੂੰ ਕੱਟ ਆਫ ਕਰ ਦਿੱਤਾ ਸੋ ਇਸੇ ਤਰ੍ਹਾਂ ਮੇ ਬੀ ਕਿ ਕੁਛ ਕੰਪਨੀਜ਼ ICCRC ਮੈਂਬਰਸ ਹੋ ਸਕਦਾ ਕਿਸੇ ICCRC ਮੈਂਬਰ ਨੂੰ ਨਾ ਵੀ ਪਤਾ ਹੋਵੇ ਔਰ ਹੋ ਸਕਦਾ ਕਿ ICCRC ਲਿਖ ਦਿੱਤਾ ਹੈ ਉਹਨਾਂ ਨੇ ਔਰ ICCRC ਮੈਂਬਰ ਕੋਈ ਹੈ ਹੀ ਨਹੀਂ ਐਸੋਸੀਏਟਡ ਸੋ ਸਲਾਹ ਹੈਗੀ ਕਿ ਉਹ ਦੇਖਣ ਕਿ ICCRC ਮੈਂਬਰ ਜੈਨੂਨਲੀ ਕੋਈ ਨਾਂ ਵਾਲਾ ICCRC ਮੈਂਬਰ ਐਸੋਸੀਏਟਡ ਵੀ ਹੈ ਉਸ ਕੰਪਨੀ ਨਾਲ ਔਰ ਦੂਸਰਾ ਕਿ ਕਿਆ ਉਸਨੂੰ ਸਿਰਫ ਕੁਛ ਪੈਸੇ ਦੇ ਕੇ ਕੁਛ ਉਹਦੇ ਫਾਰਮ ਤੇ ਸਾਈਨ ਕਰਨ ਵਾਸਤੇ ਦੇ ਦਿੱਤਾ ਗਿਆ ਜਾਂ ਕਿੰਨੇ ਡੀਪਲੀ ਇਨਵੋਲਵਡ ਹੈ ICCRC ਮੈਂਬਰ ਕੰਪਨੀ ਦਾ ਡਾਇਰੈਕਟਰ ਆਪ ICCRC ਮੈਂਬਰ ਹੈ ਪੈਨਲ ਤੇ ਰੱਖਿਆ ਗਿਆ ਔਰ ਪੈਨਲ ਤੇ ਰੱਖਣ ਦਾ ਮਤਲਬ ਹੈ ਹੀ ਇਜ਼ ਨਾਟ ਡਾਇਰੈਕਟਲੀ ਇਨਵੋਲਵਡ ਐਂਡ ਉਹ ਕੋਰਸ ਚੂਜ਼ ਕਰਨ ਦੇ ਨਾਲ ਨਾਲ ਬਾਕੀ ਫਾਈਲਿੰਗ ਦੇ ਨਾਲ ਹਰ ਇੱਕ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਉਸ ਪ੍ਰੋਸੀਜਰ ਦੇ ਵਿੱਚ ਵੀਜ਼ਾ ਲੱਗਣ ਤੱਕ ਉਸ ਫਾਈਲ ਨੂੰ ਨਹੀਂ ਚੈੱਕ ਕਰਦਾ ਸਿਰਫ ਆਪਣੇ ਸਿਗਨੇਚਰ ਵਾਸਤੇ ਹੈ ਬਿਲਕੁਲ ਇੱਥੇ ਕਮਿਊਨੀਕੇਸ਼ਨ ਲੈਵਲ ਜਿਹੜਾ ਹੈ ਅਸੀਂ ਕਮਿਊਨੀਕੇਸ਼ਨ ਗੈਪ ਕਹਿ ਸਕਦੇ ਹਾਂ ਆਉਂਦਾ ਹੈ ਕਿਉਂਕਿ ਕਮਿਊਨੀਕੇਟ ਤੁਸੀਂ ਪ੍ਰੋਪਰਲੀ ICCRC ਮੈਂਬਰ ਨਾਲ ਨਹੀਂ ਕਰ ਰਹੇ ਫਿਰ ਗੱਲ ਉਹੀ ਹੋ ਜਾਣੀ ਹੈ ਤੁਹਾਡੀ ਟਰੈਵਲਿੰਗ ਆਫ ਫਾਈਲ ਇਹ ਬੰਦੇ ਕੋਲ ਗਈ ਉਹਨੇ B ਤੋਂ C ਉਹ ਜਿਹੜਾ ਮੈਸੇਜ ਹੈ ਤੁਹਾਡੇ ਤੱਕ ਕਨਵੇ ਪ੍ਰੋਪਰਲੀ ਨਹੀਂ ਹੁੰਦਾ ਪ੍ਰੋਪਰਲੀ ਤੁਹਾਨੂੰ ਨੌਲੇਜ ਨਹੀਂ ਮਿਲਦੀ ਸੋ ਬਜਾਏ ਕਿ ਆਪਾਂ ਇਨਡਾਇਰੈਕਟ ਜਾਂਦੇ ਡਾਇਰੈਕਟ ਕਿਉਂ ਨਹੀਂ ICCRC ਮੈਂਬਰ ਕੋਲ ਪਹੁੰਚ ਕਰਦੇ ਸੋ ਇਹਨਾਂ ਚੀਜ਼ਾਂ ਨੂੰ ਦਿਮਾਗ 'ਚ ਰੱਖਣਾ ਪਏਗਾ ਸਟੂਡੈਂਟ ਨੂੰ ਅਵੇਅਰ ਹੋਣਾ ਪਏਗਾ ਕੈਨੇਡਾ ਜਾਣ ਵਾਲਾ ਸਟੂਡੈਂਟ ਵੈਸੇ ਬਹੁਤ ਅਵੇਅਰ ਹੈ ਚੰਗੀ ਗੱਲ ਹੈ ਬਟ ਜਿਹੜੇ ਅਵੇਅਰ ਨਹੀਂ ਨੇ ਉਹਨਾਂ ਨੂੰ ਹੋਣਾ ਪਏਗਾ ਤਾਂ ਕਿ ਐਸੀ ਜਿਹੜੀ ਮਿਸਗਾਈਡੈਂਸ ਨੇ ਉਹ ਨਾ ਫੈਲਾਈਆਂ ਜਾ ਸਕਣੀਆਂ ਨਾ ਫੈਲਣ ਜਿਨ੍ਹਾਂ ਦਾ ਖਮਿਆਜ਼ਾ ਸਟੂਡੈਂਟ ਨੂੰ ਭੁਗਤਣਾ ਪੈਂਦਾ ਇੱਕ ਰਿਜੈਕਸ਼ਨ ਦੇ ਰੂਪ ਦੇ ਵਿੱਚ ਸੋ ਸਾਡੇ ਨਾਲ ਰਵੀ ਗਰਗ ਜੀ ਜੋ ਕਿ ICCRC ਮੈਂਬਰ ਖੁਦ ਨੇ ਪਾਇਨੀਅਰ ਇਮੀਗ੍ਰੇਸ਼ਨ ਤੋਂ ਜੁੜੇ ਹੋਏ ਨੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਸਵਾਲ ਕੋਈ ਡਾਊਟ ਕੈਨੇਡਾ ਨੂੰ ਲੈ ਕੇ ਆ ਰਿਹਾ ਤਾਂ ਇਹਨਾਂ ਦੀ ਕੰਪਨੀ ਤੱਕ ਸਾਂਝਾ ਕੀਤਾ ਜਾ ਸਕਦਾ ਨੰਬਰ ਡਿਸਪਲੇ ਹੋ ਰਹੇ ਨੇ ਕਾਲ ਕਰਕੇ ਐਡਰੈਸ ਚੱਲ ਰਿਹਾ ਵਿਜ਼ਿਟ ਕਰਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਜਿਹੜੀ ਆ ਤੁਸੀਂ ਲੈ ਸਕਦੇ ਹੋ ਅਸੈਸਮੈਂਟ ਕਰਾਉਣੀ ਹੈ ਆਪਣੇ ਅਕੈਡਮਿਕ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਜਾਇਓ ਇੱਕ ਖਾਸਕਰ ਬੱਚਿਆਂ ਦੇ ਕਾਫੀ ਸਵਾਲ ਹੁੰਦੇ ਨੇ ਜੀ ਕਿਹੜੇ ਕੋਰਸਿਸ ਜਿਹੜੇ ਉੱਥੇ ਸਿਲੈਕਟ ਕੀਤੇ ਜਾਣ ਕੋਈ ਸਕਿੱਲਡ ਕੋਰਸਿਸ ਜਾਂ ਕਿੱਦਾਂ ਦੇ ਕੋਰਸਿਸ ਆ ਜਿਨ੍ਹਾਂ ਵਿੱਚ PR ਹੋ ਸਕੇ
ਸੋ ਇਹ ਕਾਫੀ ਸਵਾਲ ਤੁਹਾਡੇ ਤੱਕ ਵੀ ਪਹੁੰਚਦੇ ਹੋਣੇ ਡਾਕਟਰ ਸਾਹਿਬ, ਕੀ ਕਹਿਣਾ ਇਹਨਾਂ ਬਾਰੇ, ਕਿਸ ਤਰ੍ਹਾਂ ਦੇ ਕੋਰਸਿਸ ਹੁੰਦੇ ਨੇ ਪ੍ਰੋਫਾਈਲਰ ਮੈਚ ਕਰਦੇ ਜਿਨ੍ਹਾਂ 'ਚ PR ਹੋ ਸਕਦੀ ਹੈ? ਬਿਲਕੁਲ, ਸਾਡਾ ਕਿਉਂਕਿ ਕੈਨੇਡਾ ਦੇ ਵਿੱਚ ਆਫਿਸ ਹੈ, ਬੱਚਿਆਂ ਨੂੰ ਜਦੋਂ ਇੱਥੋਂ ਸਟੱਡੀ ਵੀਜ਼ਾ ਦਿਲਵਾ ਕੇ ਅਸੀਂ ਉੱਥੇ ਲੈ ਕੇ ਜਾਂਦੇ ਹਾਂ, ਉੱਥੇ ਫੁੱਲ ਸਪੋਰਟ ਹੁੰਦੀ ਹੈ, ਉੱਥੇ ਪਹੁੰਚ ਕੇ ਬੱਚੇ ਫੋਨ ਕਰਦੇ ਕਿ ਇੱਥੇ ਪਹੁੰਚ ਗਏ ਹਾਂ, ਉੱਥੇ ਏਅਰਪੋਰਟ ਪਿਕਅਪ ਹੈ, ਰੈਜੀਡੈਂਸ ਦਾ ਅਰੇਂਜਮੈਂਟ ਹੈ, ਕਾਲਜ ਦੇ ਨਾਲ ਕੋਈ ਪ੍ਰੋਬਲਮ ਹੈ, ਪ੍ਰੋਗਰਾਮ ਦੇ ਨਾਲ ਕੋਈ ਪ੍ਰੋਬਲਮ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਦੇਣ ਲਈ ਉਹ ਕੈਨੇਡਾ ਦੇ ਆਫਿਸ ਦੇ ਵਿੱਚ ਕਾਲ ਕਰਦੇ ਨੇ ਔਰ ਕੈਨੇਡਾ ਦਾ ਆਫਿਸ ਪੂਰੀ ਤਰ੍ਹਾਂ ਸਪੋਰਟ ਕਰਦਾ। ਉਸ ਤੋਂ ਬਾਅਦ ਉੱਥੇ ਜਾ ਕੇ ਬੱਚਿਆਂ ਦਾ ਸਟੱਡੀ ਪਰਮਿਟ ਐਕਸਟੈਂਸ਼ਨ ਹੈ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈਣਾ ਹੈ ਜਾਂ PR ਲੈਣੀ ਹੈ, ਉਸ ਦੇ ਵਿੱਚ ਕੈਨੇਡਾ ਆਫਿਸ ਹੈਲਪ ਕਰਦਾ ਔਰ PR ਦੇ ਰੂਲਸ ਬੜੇ ਛੇਤੀ ਛੇਤੀ ਬਦਲਦੇ ਨੇ ਔਰ ਕੈਨੇਡਾ ਆਫਿਸ ਕਿਉਂਕਿ PR ਬੱਚਿਆਂ ਨੂੰ ਦਵਾਉਣ ਦੇ ਵਿੱਚ ਹੈਲਪ ਕਰਦਾ, PR ਦੀ ਫਾਈਲਿੰਗ ਕਰਦਾ ਉੱਥੇ, ਅਤੇ ਉੱਥੇ ਲੇਟੈਸਟ ਰੂਲਸ ਦੇ ਨਾਲ ਅਸੀਂ ICCRC ਮੈਂਬਰ ਹੋਣ ਦੇ ਨਾਤੇ ਅਸੀਂ ਅਪਡੇਟਡ ਰਹਿੰਦੇ ਹਾਂ, ਸਾਰੀ ਲੇਟੈਸਟ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਨੇ ਪੋਲਿਸੀਜ਼ ਤੋਂ ਨੌਲੇਜ ਰਹਿੰਦੇ ਹਾਂ ਔਰ ਬੱਚਿਆਂ ਨੂੰ PR ਕਰਵਾਉਂਦੇ ਹਾਂ। ਸੋ ਇੱਕ ਸਾਲ ਦਾ ਅਗਰ ਕੋਰਸ ਤੋਂ ਬਾਅਦ ਬੱਚਾ ਅਗਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲਏਗਾ ਤਾਂ ਇੱਕ ਸਾਲ ਦਾ ਹੀ ਮਿਲੇਗਾ। ਸੋ ਉੱਥੇ ਘੱਟੋ ਘੱਟ ਇੱਕ ਸਾਲ ਦੇ ਤਕਰੀਬਨ ਐਕਸਪੀਰੀਅੰਸ ਲੈ ਕੇ PR ਅਪਲਾਈ ਕਰਨੀ ਹੁੰਦੀ ਹੈ ਅਤੇ ਉਹ ਡਿਫੀਕਲਟ ਹੋਏਗਾ, PR ਲੈਣੀ ਬੜੀ ਮੁਸ਼ਕਿਲ ਹੋਏਗੀ। ਉੱਥੇ ਸਾਡੇ ਕੈਨੇਡਾ ਆਫਿਸ ਬੱਚੇ ਮੈਨੂੰ ਮਿਲਦੇ ਨੇ ਕਿ ਜੀ ਅਸੀਂ ਇੱਕ ਸਾਲ ਦਾ ਕੋਰਸ ਲਿਆ, ਕਿਸੇ ਸਾਡੇ ਕੰਸਲਟੈਂਟ ਨੇ ਪ੍ਰੋਪਰਲੀ ਗਾਈਡ ਨਹੀਂ ਕੀਤਾ, ਅਸੀਂ ਇਮੀਜੀਏਟਲੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲਿਆ, ਇੱਕ ਸਾਲ ਦਾ ਹੈਗਾ, ਹੁਣ ਅਸੀਂ ਹੋਰ ਸਟੱਡੀ ਕਰਕੇ ਹੋਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲਈਏ। ਮੈਂ ਆਈ ਬ੍ਰਿੰਗ ਇਟ ਟੂ ਯੋਰ ਨੋਟਿਸ ਕਿ ਜ਼ਰੂਰੀ ਗੱਲ ਹੈ ਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਾਈਫ ਟਾਈਮ ਦੇ ਵਿੱਚ ਇੱਕੋ ਵਾਰ ਮਿਲਦਾ। ਅਗਰ ਇੱਕ ਵਾਰੀ ਗਲਤੀ ਹੋ ਗਈ ਇੱਕ ਸਾਲ ਦਾ ਕੋਰਸ ਲੈ ਕੇ, ਇੱਕ ਵਾਰੀ ਇੱਕ ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲੈ ਲਿਆ ਅਤੇ ਬਾਅਦ 'ਚ ਭਾਵੇਂ 4 ਸਾਲ ਦੀ ਅਸੀਂ ਸਟੱਡੀ ਕਰ ਲਈਏ, ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ। ਸੋ ਇਹ ਚੀਜ਼ਾਂ ਮੇਰੇ ਖਿਆਲ ਖੁਦ ਏਜੰਟ ਨੂੰ ਵੀ ਨਹੀਂ ਪਤਾ ਕਿਉਂਕਿ ਉਹ ਖੁਦ ਇਨ ਟੱਚ ਨਹੀਂ ਨੇ, ਕਦੇ ਖੁਦ ਕੈਨੇਡਾ ਨਹੀਂ ਗਏ, ਉੱਥੇ ਦੇ ਸਿਸਟਮ ਨਾਲ ਵਾਕਿਫ ਨਹੀਂ ਨੇ, ਸਿਰਫ ਇੱਥੇ ਬਹਿ ਕੇ 2-4 ਕਾਲਜ ਦੇ ਟਾਈ ਅਪਸ ਲਏ ਤੇ ਜਿਨ੍ਹਾਂ ਨਾਲ ਕੰਮ ਕਰ ਰਹੇ, ਬਿਲਕੁਲ ਉਹ ਇਹ ਚੀਜ਼ਾਂ ਲੈਕ ਆਫ ਨੌਲੇਜ ਕਰਕੇ ਵਾਪਰ ਰਹੀਆਂ ਨੇ। ਖਾਮਿਆਜ਼ਾ ਫਿਰ ਮੈਂ ਕਹੂੰਗਾ ਸਟੂਡੈਂਟ ਭੁਗਤ ਰਿਹਾ, ਬਿਲਕੁਲ। ਸੋ ਸਟੂਡੈਂਟ ਨੂੰ ਆਪਣੀ ਚੋਣ ਵੱਲ ਬਹੁਤ ਧਿਆਨ ਦੇਣਾ ਪਏਗਾ, ਕਿਹੜੇ ਕੰਸਲਟੈਂਟ ਵੱਲੋਂ ਤੁਸੀਂ ਅਪਲਾਈ ਕਰ ਰਹੇ ਹੋ, ਪ੍ਰੋਪਰਲੀ ਉਹਨੂੰ ਕਿੰਨੀ ਕੁ ਨੌਲੇਜ ਹੈ, ਪਾਸਟ ਐਕਸਪੀਰੀਅੰਸ ਕੀ ਹੈ, ਉੱਥੇ ਜਾ ਕੇ ਵੀ ਉਹ ਤੁਹਾਡੀ ਕੋਲ ਹੈਲਪ ਕਰ ਪਾਏਗਾ ਕਿ ਨਹੀਂ, ਕਿਉਂਕਿ ਮੇਨ ਵੀਜ਼ਾ ਲੈਣੀ ਪ੍ਰੋਬਲਮ ਨਹੀਂ ਹੈ, ਪ੍ਰੋਬਲਮਸ ਵੀਜ਼ਾ ਤੋਂ ਬਾਅਦ ਸ਼ੁਰੂ ਹੁੰਦੀਆਂ ਨੇ ਜਦੋਂ ਇੱਕ ਸਟੂਡੈਂਟ ਇੰਡੀਪੈਂਡੈਂਟ ਕਿਸੇ ਕੰਟਰੀ ਦੇ ਵਿੱਚ ਪਹੁੰਚਦਾ, ਐਟਮੋਸਫੇਅਰ, ਕਲਚਰ, ਉੱਥੇ ਦਾ ਵੈਦਰ, ਹਰ ਚੀਜ਼ ਅਲੱਗ ਹੈ, ਸਟੂਡੈਂਟ ਲਈ ਨਵੀਆਂ ਚੀਜ਼ਾਂ ਨੇ, ਉੱਥੇ ਪ੍ਰੋਬਲਮਸ ਪਹਿਲੇ ਆਉਣੀਆਂ ਸ਼ੁਰੂ ਹੋਣੀਆਂ ਨੇ, ਸ਼ੁਰੂਆਤ ਵੀਜ਼ੇ ਤੋਂ ਬਾਅਦ ਹੋਣੀ ਹੈ, ਉੱਥੇ ਜਾ ਕੇ ਹੈਲਪ ਮਿਲਦੀ ਹੈ ਨਹੀਂ ਮਿਲਦੀ ਉਹ ਬਹੁਤ ਵੱਡਾ ਪੁਆਇੰਟ ਹੈ। ਕੀ ਪ੍ਰੋਬਲਮਸ ਫੇਸ ਕਰਦਾ ਸਟੂਡੈਂਟ ਜਦੋਂ ਇੱਥੋਂ ਪਹੁੰਚ ਜਾਂਦਾ? ਦੇਖੋ, ਨੈਚੁਰਲ ਹੈ ਕਿ ਉੱਥੇ ਜਾ ਕੇ ਬਿਲਕੁਲ ਇੱਕ ਜਿਹੜੀ ਇਮੋਸ਼ਨਲ ਜਿਹੜੀ ਬੈਕਿੰਗ, ਮੈਂ ਸਮਝਦਾ ਕਿ ਬਹੁਤ ਖਾਸ ਗੱਲ ਹੈ ਕਿ ਜ਼ਿਆਦਾਤਰ ਬੱਚੇ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ, ਬਿਲਕੁਲ ਗ੍ਰੇਡ 12 ਤੋਂ ਬਾਅਦ ਜਾਂਦੇ ਨੇ, ਤੇ ਇੱਥੇ ਦਾ ਸਾਰਾ ਸਿਸਟਮ ਇੰਡੀਅਨ ਸਿਸਟਮ ਹੈ ਕਿ ਪੇਰੈਂਟਸ ਨੇ ਬੜੇ ਚਾਅ ਨਾਲ ਬੱਚਿਆਂ ਨੂੰ ਰੱਖਿਆ, ਪਿਆਰ ਨਾਲ ਰੱਖਿਆ ਹੁੰਦਾ ਹੈ, ਤੇ ਇੰਡੀਪੈਂਡੈਂਸ ਇੱਥੇ ਨਹੀਂ ਇੱਕ ਸਾਡਾ ਕਲਚਰ ਹੋਣ ਦਿੰਦਾ, ਤੇ ਬੱਚੇ ਜਦੋਂ ਜਾਂਦੇ ਨੇ ਕੰਪਲੀਟਲੀ ਇੰਡੀਪੈਂਡੈਂਟ ਔਰ ਕਿਸੇ ਤੇ ਡਿਪੈਂਡੈਂਸ ਹੈ ਹੀ ਨਹੀਂ ਔਰ ਸਭ ਕੁਝ ਆਪਣੇ ਆਪ ਤੇ ਉਹਨਾਂ ਨੂੰ ਡਿਸੀਜਨ ਮੇਕਰ ਬਣਾਉਣਾ ਪੈਣਾ, ਡਿਸੀਜਨ ਮੇਕਿੰਗ ਐਂਡ ਐਵਰੀਥਿੰਗ। ਸੋ ਉੱਥੇ ਇੱਕ ਇਮੋਸ਼ਨਲ ਬੈਕਿੰਗ ਦੀ ਜ਼ਰੂਰਤ ਪੈਂਦੀ ਹੈ ਔਰ ਬੜੇ ਬੱਚੇ ਸਾਨੂੰ ਕੰਟੈਕਟ ਕਰਦੇ ਜੀ ਵੀ ਆਰ ਫੀਲਿੰਗ ਹੋਮ ਸਿੱਖ, ਉੱਥੇ ਸਾਡੇ ਇਹ ਵਰਡਸ ਕਿ ਡੋਂਟ ਵਰੀ ਵੀ ਆਰ ਦੇਅਰ ਟੂ ਟੇਕ ਕੇਅਰ, ਉਹ ਮੈਂ ਦੇਖਿਆ ਕਿ ਬਹੁਤ ਜ਼ਿਆਦਾ, ਦੇਖੋ ਲਾਈਫ ਦੇ ਵਿੱਚ ਹਰ ਕਿਸੇ ਨੇ ਆਪਣਾ ਕੰਮ ਕਰਨਾ ਹੀ ਹੁੰਦਾ, ਲੇਕਿਨ ਇੱਕ ਇਮੋਸ਼ਨਲ ਬੈਕਿੰਗ, ਡੋਂਟ ਵਰੀ ਵੀ ਆਰ ਦੇਅਰ ਟੂ ਟੇਕ ਕੇਅਰ ਐਂਡ ਡੈਫੀਨੇਟਲੀ ਇਨ ਸਮ ਸਰਕਮਸਟਾਂਸਿਸ ਕਿਸੇ ਹਾਲਾਤ ਦੇ ਵਿੱਚ ਕੋਈ ਤਕਲੀਫ ਆ ਗਈ ਤੇ ਸਾਡੇ ਇੰਨੇ ਕੰਟੈਕਟਸ, ਇੰਨੇ ਲਿੰਕਸ, ਇੰਨੇ ਥਾਊਜ਼ੈਂਡਸ ਆਫ ਜਿਹੜੇ ਸਟੂਡੈਂਟਸ ਅਸੀਂ ਭੇਜੇ ਨੇ ਉਹਨਾਂ ਦੇ ਨਾਲ ਲਿੰਕਸ, ਹਰ ਸਿਟੀ ਦੇ ਵਿੱਚ ਸਾਰੇ ਪਰਸਨਲ ਲਿੰਕਸ, ਉਹ ਹੈਲਪ ਕਰਦੇ ਨੇ। ਰੀਸੈਂਟਲੀ ਇੱਕ ਗਰਲ ਸਟੂਡੈਂਟ ਗਈ ਉੱਥੇ, ਦੁਪਹਿਰੇ 2 ਵਜੇ ਜਾ ਕੇ ਫੋਨ ਕੀਤਾ ਉਹਨਾਂ ਨੇ ਸਾਡੇ ਕੈਨੇਡਾ ਆਫਿਸ ਕਿ ਜੀ ਮੈਂ ਇੱਥੇ, ਮੇਰੀ ਫਰੈਂਡ ਸੀਗੀ ਅਤੇ ਮੈਂ, ਉਹਨੇ ਮੈਨੂੰ ਅਸ਼ੋਰੈਂਸ ਦਿੱਤੇ ਸੀ ਕਿ ਤੂੰ ਮੇਰੇ ਕੋਲ ਆ ਕੇ ਰਹਿ ਲਈ ਅਤੇ ਵਿਲ ਸਟੇ ਟੁਗੈਦਰ, ਇੱਥੇ ਇਕੱਠੇ ਰਹਾਂਗੇ, ਲੇਕਿਨ ਉਹਨੇ ਸਮਾਨ ਰੱਖਿਆ ਅਤੇ ਉਹਦਾ ਜਿਹੜਾ ਓਨਰ ਸੀ, ਹਾਊਸ ਓਨਰ ਸੀ, ਉਹ ਉਸ ਨੂੰ ਨਹੀਂ, ਉਸ ਲੜਕੀ ਨੇ ਇਨਫੋਰਮ ਕੀਤਾ ਸੀ ਅਤੇ ਉਹਨੇ ਅਲਾਓ ਨਹੀਂ ਕੀਤਾ ਅਤੇ ਉਹਨੇ ਬਿਲਕੁਲ ਕੋਪਰੇਟ ਵੀ ਨਹੀਂ ਕੀਤਾ। ਅਨਫੋਰਚੁਨੇਟਲੀ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਹੁਣੇ ਸਮਾਨ ਲੈ ਕੇ ਚਲੇ ਜਾਓ, ਐਂਡ ਸੀ ਕਾਲਡ ਅਵਰ ਆਫਿਸ ਐਂਡ ਵੀ ਕਾਲਡ ਅਵਰ ਨੋਨ ਪਰਸਨ, ਉਹ ਅਸੀਂ ਆਪਣੇ ਬੰਦੇ ਨੂੰ ਫੋਨ ਕੀਤਾ, ਉਹਨੇ ਉਸੇ ਵਕਤ ਜਿਹੜਾ ਗੱਡੀ ਲਿਜਾ ਕੇ ਬੱਚੇ ਨੂੰ ਆਪਣੇ ਘਰੇ ਰੱਖਿਆ 2 ਦਿਨ, ਔਰ ਨੈਚੁਰਲੀ ਇਹ 2 ਦਿਨ ਦੇ ਅੰਦਰ ਅੰਦਰ ਉਹਨੇ ਇੰਤਜ਼ਾਮ ਕਰਕੇ ਆਪਣਾ
अपने अपार्टमेंट रिस्पोंसिबिलिटीज एक केयर टेकिंग है जिहड़ा बच्चे नूं एक अपनापन जिहा महसूस करदा वी मैं इत्थे वी मेरा कोई अपना है बिल्कुल सो ये चीज़ां बिल्कुल मैटर करदियां ने लाइफ दे विच क्योंकि वीज़ा लैना सिर्फ पहुँच जाना ये चीज़ां काफ़ी नहीं ने उत्थे जाके लाइफ शुरू होनी है एक नवीं लाइफ शुरू होनी है जिहदे विच डिसीजन तुसीं खुद लैना इंडिपेंडेंट तुसीं खुद हो एक जिहड़ा अपर हैंड है जरूर किसी हैल्पफुल बंदे दा जिहड़ा चाहीदा सो साडा हमेशा मैसेज यही रहिंदा वी चंगे कंसल्टेंट की चोण करके चंगे तरीके नाल लीगल वे दे नाल उत्थे जाया जावे बजाय कि कोई इलीगल वे अख्तियार करके तुसीं उत्थे पहुंचण दी कोशिश करो जिहड़ी बाद दे विच प्रॉब्लम्स क्रिएट करे सो बहुत वड्डी इनवैसटमेंट है जी पढ़ाई ते जिहड़े कि लखां रुपए दे विच आपां इनवैसट करदे आ ओह बजाय कि आपां किसी ऐसे हद दे विच दईए जिहनूं एक्सपीरियंस नहीं है ते आपां अखां बंद करके फेथ उत्ते करिए बजाय उत्तों अवेयर होइए प्रॉपरली एक लीगल ऑथराइज बंदे कोलों आपां सलाह लईए सर्विसिज लईए मर्जी थोड़ी है काफ़ी वड्डी लिस्ट है इन्हां दी ICCRC मैंबर जितों भी लेना चाहुंदे हो सर्विसिज बट इस टाइम साडे नाल ICCRC मैंबर रवि गर्ग जी उन्हां दी टीम चल रही है उन्हां दे नंबर चल रहे हैं उन्हां तों सर्विसिज लेना चाहुंदे हो तां तुसीं फ्री ऑफ कॉस्ट असैसमेंट करवा सकते हो अपनी ऑप्शनस जिहड़ियां उह जाण सकते हो सिर्फ स्टडी वीज़ा ही पाइनियर वालों सर्विसिज दित्तियां जांदियां या होर वीज़ाज भी ने कैनेडा दे जिन्हां बारे सर्विसिज ने नहीं क्योंकि असीं ऑथराइज रिप्रजेंटेटिव हैगे आ असीं ऑथराइज सर्टिफाइड इमीग्रेशन कंसल्टेंट हैगे आ असीं ऑथराइज हैगे आ किसी भी तरह की इमीग्रेशन सर्विसिज देने लई कैनेडियन एम्बैसी वालों ते कैनेडियन गवर्नमेंट वालों सो असीं कैनेडा दा स्टडी वीज़ा है परमानेंट रेजिडेंस जिहड़ा है इमीग्रेशन प्रोग्राम्स ने इन्वेस्टर वीज़ा है विजिटर वीज़ा टूरिस्ट वीज़ा है या पेरेंट्स जिन्हों के बच्चे उत्थे परमानेंट रेजिडेंट ने उन्होंने इत्थे जिहड़े पेरेंट्स एंड ग्रैंड पेरेंट्स ने उन्होंने सुपर वीज़ा है या स्टूडेंट जिहड़े उत्थे जाके PR हो जाते हैं वो फिर मैरिज करके अपने स्पाउस नूं लैके जाना चाहते हैं उन्होंने स्पाउजल परमानेंट रेजिडेंट हर तरह का जो वीज़ा है कैनेडा रिलेटेड एनी काइंड ऑफ इमीग्रेशन मैटर ईवन के जो परमानेंट उत्थे जाके परमानेंट रेजिडेंट हो जाते हैं उन्होंने रेजिडेंसी ऑब्लीगेशन होंगी है कि दो 5 साल विचों 2 साल उत्थे रहना होंदा सो वो कई बार नहीं रह पाते तो परमानेंट रेजिडेंस जो PR कार्ड की रिन्यूअल हैगी है वो है या सिटीजनशिप मैटर नहीं कि उत्थे जाके परमानेंट रेजिडेंस हो गए उस तो बाद सिटीजनशिप लेनी है इस एनी काइंड ऑफ इमीग्रेशन एंड सिटीजनशिप इमीग्रेशन रिलेटेड कोई भी जिहड़ी सलाह है प्रॉपरली दित्ती जांदी है सो पायनियर वालों ये सर्विसिज तुहानू प्रोवाइड कराइया जा रही ने तुसीं इन्हां तों कोई सर्विस लेना चाहुंदे हो जी इन्हां तक अपना राबता कायम कर सकदे हो समां नहीं अलाउ कर रहा शो नूं अगे वधाउण दा बट जांदे एक लास्ट सवाल पुछना चाहुंदा उह सिर्फ एक मिनट दे विच जवाब चाहूंगा जिन्हां दे 6 बैंड तो घट ने नंबर की उन्हां लई पॉसिबिलिटीज नहीं ने भी कैनेडा जा सकन या कुछ पॉसिबल है पायनियर तक अपने पहुंच करन क्योंकि समय नहीं अलाउ कर रहा ते अगर उन्होंने सर्विस बहुत ही घट इस तरह के केसिज ने जिन्हों कोई रस्ता नहीं है कैनेडा जाने का ईवन के लो बैंड गैप के नाल भी घट बैंड भी बिना आइलट्स किए भी ऑफकोर्स के उन्होंने इंग्लिश लैंग्वेज आनी चाहिए है ये नहीं है कि इंग्लिश नहीं आती लेकिन आइलट्स नहीं डर दे मारे करना चाह रहे या नहीं की है लेकिन इंग्लिश आती है भावें गैप है स्टडीज़ के भावें उन्होंने मार्क्स थोड़े घट ने और भावें उन्होंने केस रिफ्यूज भी हो चुके हैं फिर भी कैनेडा जाके स्टडी करन दा उन्हां कोले बड़े अच्छे रस्ते ने पायनियर ने हमेशा बहुत ही जेनुअन वे नाल पायनियर दी जेनुअननेस दी मेरी गारंटी साडा मोटो है वर्किंग ऑनेस्टली एंड सिंसियरली और गाइडेंस जिहड़ी है बहुत जेनुअन है 100% जेनुअननेस दी गारंटी है मेरे वालों कंपनी दी पायनियर इमीग्रेशन दी और डेफिनेटली इस तरह दे बच्चे कैनेडा जाके स्टडी कर सकते ने अपना सपना पूरा कर सकते ने उस दे लई साडे ऑफिस दे विच कॉन्टैक्ट करन लेकिन उस दे विच बड़े ध्यान नाल सलाह मनन की समझन की जरूरत है और अपने डॉक्यूमेंट्स लैके साडे ऑफिस दे विच मिल के अपनी ऑप्शन के बारे वो गलबात कर सकते हैं बहुत बहुत धन्यवाद डॉक्टर भाई दे शो दे विच आने लई सो किसी की रिजैक्शन है जी जे चाहे घट बैंड्स ने या किसी ने पहला अप्लाई किया प्रॉपरली किसी भी कारण रिफ्यूज़ हो गया है या इंग्लिश आँदी है विदाउट आइलैंड जिम्मे ऑप्शन दसिया गई ने उन्होंने है प्रोफाइल टू प्रोफाइल मैटर करेगा हर एक लई नहीं कह रहे भी हर एक का यह जी चीज़ा ने जिदे को होगी वह वीज़ा लग सकता प्रोफाइल टू प्रोफाइल मैटर करेगा असैसमेंट कराने पायनियर इमीग्रेशन के ऑफिस के अपना राबता कायम कर सकते हो अज के शो में इतने खत्म करना पैना कल मुड़ प्रसारित भी करा इस शो में तुम तभी देख सकते हो उन्हीं के लिए अपने दोस्तों में इजाजत सत श्री अकाल